ਦੇ ਟੀਵੀ ਦੇ ਸਟੂਡੀਓ 'ਚ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਤੁਹਾਡੀ ਆਪਣੀ ਰਣਜੀਤ ਕੌਰ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਸਰੂਪ ਸਿੰਘ ਜੀ ਅਲਗ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਵਾਪਸ ਜਾਰੀ ਕਰਦੇ ਹਾਂ। 10-15 ਦਿਨਾਂ ਬਾਅਦ ਉਸਨੇ ਮੈਨੂੰ ਇੱਕ ਲੋਕਲ ਬੱਸ 'ਤੇ ਚੜ੍ਹਦਾ ਦੇਖ ਲਿਆ ਉਸ ਬੰਦੇ ਨੇ, ਉਹਨੇ ਸਕੂਟਰ ਪਿੱਛੇ ਲਾ ਲਿਆ ਜਿੱਥੇ ਮੈਂ ਉਤਰਿਆ। ਕਹਿੰਦਾ ਅਲਗ ਸਾਹਿਬ ਤੁਸੀਂ ਬੱਸ 'ਤੇ ਚੜ੍ਹੇ ਹੋ, ਤੁਹਾਡਾ ਸਕੂਟਰ ਕਿੱਥੇ ਨਵਾਂ? ਮੈਂ ਕਿਹਾ ਯਾਰ ਕੀ ਦੱਸਾਂ। ਕਹਿੰਦਾ ਅਲੱਗ ਸਾਹਿਬ ਮੈਂ ਤੁਹਾਡੇ ਕੋਲ ਝੂਠ ਦੀ ਆਸ ਨਹੀਂ ਰੱਖਦਾ, ਤੁਸੀਂ ਮੈਂ ਸੱਚ ਦੱਸੋ ਉਹ ਸਕੂਟਰ ਕਿੱਥੇ ਨਵਾਂ ਜਿਹੜਾ? ਮੈਂ ਕੋਈ ਕਿਸੇ ਕੰਪਨੀ 'ਚ ਹੀ ਹੋਏਗਾ ਜਿੱਥੇ ਉਹ ਨਵਾਂ ਹੈ, ਮੇਰਾ ਤਾਂ ਹੈ ਨਹੀਂ। ਕਹਿੰਦਾ ਫਿਰ ਤੁਸੀਂ ਇਹ ਕੀ ਕੀਤਾ? ਮੈਂ ਕਿਹਾ ਯਾਰ ਮੈਨੂੰ ਪੈਸਿਆਂ ਦੀ ਲੋੜ ਸੀ ਇਸ ਕੰਮ ਵਾਸਤੇ, ਅਤੇ ਮੇਰੇ ਕੋਈ ਹੋਰ ਚਾਰਾ ਨਹੀਂ ਸੀ। ਮੈਨੂੰ ਪਤਾ ਸੀ ਮੈਂ ਬੱਸ ਤੋਂ ਹੀ ਜਾ ਕੇ ਗੁਜ਼ਾਰਾ ਕਰ ਲਵਾਂਗਾ, ਅਤੇ ਥੋੜ੍ਹੀ ਦੇਰ ਦੀ ਔਖ ਹੈ, ਫਿਰ ਕੋਈ ਹੋਰ ਰਸਤਾ ਬਣ ਜਾਏਗਾ। ਰੋਜ਼ ਰੋਜ਼ ਮੈਂ ਆਪਣੇ ਬੱਚਿਆਂ ਕੋਲ ਮੰਗ ਨਹੀਂ ਸਕਦਾ। ਕਹਿੰਦਾ ਅੱਛਾ, ਇਤਨੇ ਨੋਬਲ ਕੰਮ ਵਾਸਤੇ ਤੁਸੀਂ ਆਪਣੀ ਸਵਾਰੀ ਵੀ ਦੇ ਦਿੱਤੀ। ਹੁਣ ਉਸ ਬੰਦੇ ਦੀ ਗ੍ਰੇਟਨੈਸ ਦੇਖੋ, ਉਹਨੇ ਸਕੂਟਰ ਦੀ ਡਿੱਗੀ ਖੋਲ੍ਹੀ, ਉਹ ਜਿਹੜਾ ਮੇਰਾ ਐਫੀਡੇਵਿਟ ਸੀ ਨਾ ਵੀ ਇਹਦੇ ਨਾਲ ਟ੍ਰਾਂਸਫਰ ਕਰ ਦਿਓ, ਉਹ ਵਿੱਚੇ ਹੀ ਪਿਆ ਸੀ। ਉਹਨੇ ਕਾਗਜ਼ ਪਾੜ ਗਿਆ, ਉਹ ਮਾਰਿਆ। ਕਹਿੰਦਾ ਸਰ ਜੀ ਸਕੂਟਰ ਤੁਹਾਡਾ, ਹੁਣ ਤੁਸੀਂ ਆਪਣੇ ਸਕੂਟਰ 'ਤੇ ਜਾਓ ਅਤੇ ਮੈਂ ਬੱਸ 'ਤੇ ਜਾਊਂ। ਅਤੇ ਦੇਖੋ ਜੇ ਗੁਰੂ ਮਿਹਰ ਕਰਨਾ ਚਾਹੁਣ ਤਾਂ ਉਹ ਕਰਦੇ ਹੀ ਰਹਿੰਦੇ। ਇਸ ਤਰ੍ਹਾਂ ਇੱਕ ਵਾਰੀ ਹੋਰ ਅਸੀਂ ਬਹੁਤ ਔਖ 'ਚ ਫਸ ਗਏ, ਅਤੇ ਸਾਨੂੰ 2 ਲੱਖ ਰੁਪਏ ਦੀ ਲੋੜ ਸੀ, ਕਿਤਾਬਾਂ ਛਪ ਚੁੱਕੀਆਂ ਸਨ, ਸਾਧਨ ਕੋਈ ਨਹੀਂ ਸੀ, ਉਮੀਦ ਸੀ ਵੀ ਕਿਸੇ ਨੂੰ ਆ ਜਾਣਗੇ, ਨਹੀਂ ਆ ਸਕੇ। ਬਾਹਰ ਬੈੱਲ ਹੋਈ, 2-3 ਸੱਜਣ ਅੰਦਰ ਆ ਗਏ, ਅੰਦਰ ਮਿਲ ਕੇ ਬੈਠੇ। ਅਸੀਂ ਉਹਨਾਂ ਨੂੰ ਚਾਹ ਪਾਣੀ ਪੁੱਛੀ, ਪਿਲਾਈ। ਮੈਂ ਕਿਹਾ ਤੁਹਾਨੂੰ ਕੋਈ ਕਿਤਾਬਾਂ ਚਾਹੀਦੀਆਂ? ਕਹਿੰਦੇ ਕਿਤਾਬਾਂ ਤਾਂ ਨਹੀਂ ਚਾਹੀਦੀਆਂ। ਮੈਂ ਕਿਹਾ ਹੋਰ ਕਿਵੇਂ ਆਏ ਹੋ? ਉਹ ਕਹਿੰਦੇ ਇੱਥੋਂ ਲੰਘ ਰਹੇ ਸੀ, ਅਸੀਂ ਕਿਹਾ ਚਲੋ ਦਰਸ਼ਨ ਹੀ ਕਰ ਚੱਲੀਏ। ਘੰਟਾ ਬੈਠੇ ਰਹੇ, ਮੈਂ ਕਿਹਾ ਹੁਣ ਦਰਸ਼ਨ ਤਾਂ ਹੋ ਗਏ, ਕੋਈ ਸੇਵਾ ਹੈ ਤਾਂ ਦੱਸੋ। ਕਹਿੰਦਾ ਨਹੀਂ, ਬਸ ਅਸੀਂ ਹੁਣ ਜਾਂਦੇ ਹਾਂ। ਜਦੋਂ ਉਹ ਗਏ ਤਾਂ ਉਹ ਜਿੱਥੇ ਬੈਠੇ ਸਨ ਇੱਥੇ ਇੱਕ ਉਹ ਲਿਫਾਫਾ ਪੀਲਾ ਜਿਹਾ ਪਿਆ ਸੀ, ਉਹ ਛੱਡ ਗਏ। ਜਦੋਂ ਬਾਹਰ ਗੇਟ 'ਤੇ ਗਏ ਤਾਂ ਮੈਨੂੰ ਉਹ ਲਿਫਾਫੇ ਦਾ ਖਿਆਲ ਆ ਗਿਆ, ਮੈਂ ਦੌੜ ਕੇ ਲਿਫਾਫਾ ਚੱਕਿਆ ਤਾਂ ਪਿੱਛੇ ਪਿੱਛੇ ਦੌੜ ਕੇ ਮੇਰੀ ਮਿਸਿਸ ਬੱਚੇ ਉਹਨਾਂ ਨੂੰ ਛੱਡਣ ਜਾ ਰਹੇ ਸੀ। ਮੈਂ ਸਰ ਤੁਹਾਡਾ ਲਿਫਾਫਾ ਰਹਿ ਗਿਆ। ਕਹਿੰਦਾ ਅਲੱਗ ਸਾਹਿਬ ਰਹਿ ਨਹੀਂ ਗਿਆ, ਅਸੀਂ ਇਹ ਲਿਫਾਫਾ ਇੱਥੇ ਰੱਖਣ ਆਏ ਸੀ। ਮੈਂ ਕਿਹਾ ਇਹਦੇ 'ਚ ਕੀ ਹੈ? ਕਹਿੰਦਾ ਇਹਦੇ 'ਚ 2 ਲੱਖ ਰੁਪਈਆ। ਮੈਂ ਕਿਹਾ ਯਾਰ ਮੈਂ ਤਾਂ ਨਹੀਂ ਲੈ ਸਕਦਾ ਪੈਸੇ, ਮੈਂ ਤੁਹਾਨੂੰ ਜਾਣਦਾ ਨਹੀਂ, ਕੁਛ ਨਹੀਂ, ਤੁਸੀਂ ਉੱਥੇ ਪੈਸੇ ਰੱਖ ਗਏ, ਉਹ ਤੋਂ ਪਿੱਛੋਂ ਵਿਜੀਲੈਂਸ ਵਾਲੇ ਆ ਜਾਣਾ, ਕਹਿੰਦੇ ਦੱਸੋ ਕਿੱਥੋਂ ਲਿਆਈ 2 ਲੱਖ ਰੁਪਈਆ। ਮੈਂ ਇਹਦੇ ਪੈਸੇ ਫੜ ਆਪਣੇ ਪੈਸੇ ਫੜ ਲਓ ਤੁਸੀਂ। ਉਹ ਕਹਿੰਦੇ ਇਹਦੇ ਵਿੱਚ ਇੱਕ ਸਲਿੱਪ ਪਈ ਹੈ, ਉਹਦੇ 'ਚ ਪੂਰਾ ਵੇਰਵਾ ਪਿਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਪਰ ਉਸ ਬੰਦੇ ਨੇ ਕਿਹਾ ਮੇਰਾ ਨਾਂ ਨਹੀਂ ਦੱਸਣਾ, ਜਿਸ ਨੇ ਇਹ ਕਿਹਾ ਵੀ ਨਾਂ ਨਹੀਂ ਦੱਸਣਾ, ਪਰ ਉਹ ਤੁਹਾਨੂੰ 1 ਲੱਖ ਰੁਪਈਆ ਹੋਰ ਭੇਜੇਗਾ। ਇਹ ਉਸਨੇ ਕਿਹਾ, ਇਹ ਅਸੀਂ ਉਹਦੀ ਕਣਕ ਵੇਚੀ ਹੈ, ਤਾਂ ਉਹਨੇ ਕਿਹਾ ਜੋ ਪੈਸੇ ਇਕੱਠੇ ਹੋਣ ਉੱਥੇ ਦੇ ਆਉਣ। ਹਫ਼ਤੇ ਬਾਅਦ ਉਸਦੀ ਚਿੱਠੀ ਵਿੱਚ ਇੱਕ ਚੈੱਕ ਆ ਗਿਆ, ਉਹਦੇ ਵਿੱਚ ਸਾਨੂੰ ਉਹਦੀ ਵਾਕਫੀਅਤ ਪਤਾ ਲੱਗ ਗਈ, ਕਿਹੜਾ ਬੰਦਾ ਅਤੇ ਕਿੱਥੇ ਦਾ। ਤਾਂ ਮੈਂ ਮਹਿਸੂਸ ਕਰਦਾ ਔਖ ਤਾਂ ਸਾਨੂੰ ਹਰ ਗਤਾ ਹਰ ਹੋ ਕੇ ਤਾਂ ਆਉਂਦੀ ਹੈ, ਗੁਰੂ ਸਾਹਿਬ 'ਤੇ ਭਰੋਸਾ, ਗੁਰੂ ਸਾਹਿਬ 'ਤੇ ਭਰੋਸਾ। ਮੈਂ ਇੱਕ ਨਿੱਕੇ ਜਿਹੇ ਬੱਚੇ ਦੀ ਗੱਲ ਤੁਹਾਨੂੰ ਸੁਣਾਉਣਾ ਚਾਹੁੰਦਾ, ਜਦੋਂ ਗੁਰੂ 'ਤੇ ਭਰੋਸਾ ਹੋ ਜਾਵੇ ਤਾਂ ਫਿਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਇਹ ਮੇਰੇ ਬੱਚੇ ਗੱਲ ਦੱਸ ਰਹੇ ਵੀ ਸਾਡੇ ਸਾਰੇ ਭੈਣ ਭਰਾ ਰਿਸ਼ਤੇਦਾਰ 15-20 ਬੱਚੇ ਵੱਡੇ 2-3 ਦਿਨ ਪਹਿਲੇ ਮਸੂਰੀ ਗਏ, ਤਾਂ ਉੱਥੇ ਇੱਕ 4 ਸਾਲ ਦਾ ਬੱਚਾ ਉਹਨਾਂ ਵਿੱਚੋਂ ਸ਼ਰਾਰਤੀ ਕਿਸਮ ਦਾ ਹੋਏਗਾ, ਉਹ ਲਿਫਟ ਵਿੱਚ ਉੱਤੇ ਥੱਲੇ ਜਾ ਰਿਹਾ ਸੀ, ਬਿਜਲੀ ਬੰਦ ਹੋਈ ਅਤੇ ਲਿਫਟ ਬੰਦ ਹੋ ਗਈ। ਲਿਫਟ ਬੰਦ ਹੋ ਗਈ, ਘਰ ਵਾਲਿਆਂ ਨੂੰ ਪਤਾ ਹੀ ਨਹੀਂ, ਉਹ ਤਾਂ ਆਪਣੇ ਕਮਰੇ 'ਚ ਬੈਠੇ ਇੰਜੋਏ ਕਰ ਰਹੇ। ਤਾਂ ਉਹ ਬੱਚਾ ਲਿਫਟ 'ਚ ਫਸ ਗਿਆ। ਹੁਣ ਉਹ ਬੱਚਾ ਕਹਿ ਰਿਹਾ ਵਾਹਿਗੁਰੂ ਜੀ ਬਚਾਓ, ਵਾਹਿਗੁਰੂ ਜੀ ਬਚਾਓ, ਉੱਚਾ ਉੱਚਾ ਕਹਿ ਰਿਹਾ ਵਾਹਿਗੁਰੂ ਜੀ ਬਚਾਓ। ਅਤੇ ਇਹ ਮੇਰਾ ਵੱਡਾ ਲੜਕਾ ਉੱਥੋਂ ਕੋਲੋਂ ਲੰਘਿਆ, ਇਹਨੇ ਆਵਾਜ਼ ਸੁਣੀ, ਕੁਛ ਬੱਚੇ ਦੀ ਆਵਾਜ਼ ਹੈ, ਬਚਾਓ ਬਚਾਓ। ਇਸ ਨੇੜੇ ਹੋ ਕੇ ਇਹਨੇ ਬੈਂਕ ਕੀਤਾ, ਇਹਨੇ ਕਿਹਾ ਕੀ ਗੱਲ ਹੈ? ਉਹ ਕਹਿੰਦਾ ਮੈਂ ਫਸ ਗਿਆ, ਅੰਦਰ ਹਨੇਰਾ ਹੈ, ਗਰਮੀ ਹੈ, ਅਤੇ ਮੈਨੂੰ ਬਚਾਓ। ਉਹਨੇ ਕਿਹਾ ਤੂੰ ਆਵਾਜ਼ਾਂ ਤਾਂ ਵਾਹਿਗੁਰੂ ਨੂੰ ਕਰ ਰਿਹਾ। ਕਹਿੰਦਾ ਹਾਂ, ਵਾਹਿਗੁਰੂ ਹੀ ਬਚਾ ਸਕਦਾ ਇਸ ਵਕਤ। ਇਹ ਦੌੜਦਾ ਗਿਆ ਰਿਸੈਪਸ਼ਨ, ਤੋਂ ਉੱਥੋਂ ਚਾਬੀ ਚੁਬੀ ਲੈ ਕੇ ਉਹਨੂੰ ਬੱਚੇ ਨੂੰ ਕੱਢਿਆ, ਅਤੇ ਇਹਨੇ ਪੁੱਛਿਆ ਤੈਨੂੰ ਡਰ ਨਹੀਂ ਲੱਗਿਆ? ਕਹਿੰਦਾ ਡਰ ਕੀ ਲੱਗਣਾ ਸੀ, ਜਦੋਂ ਮੈਂ ਵਾਹਿਗੁਰੂ ਨੂੰ ਕਹਿ ਰਿਹਾ ਤਾਂ ਵਾਹਿਗੁਰੂ ਨੂੰ ਤਾਂ ਮੈਨੂੰ ਬਚਾਉਣਾ ਹੀ ਸੀ, ਹੁਣ ਮੈਨੂੰ ਵਾਹਿਗੁਰੂ ਨੂੰ ਬਚਾ ਨਹੀਂ ਲਿਆ। ਮੈਂ ਕਿਹਾ ਯਾਰ ਜਿਸ ਮਾਂ ਨੇ ਉਸ ਬੱਚੇ ਨੂੰ ਇਹ ਸਿੱਖਿਆ ਦੇ ਦਿੱਤੀ ਹੈ ਕਿ ਭੀੜ ਵੇਲੇ ਵਾਹਿਗੁਰੂ ਨੂੰ ਯਾਦ ਕਰ, ਸੁੱਖ ਵੇਲੇ ਵਾਹਿਗੁਰੂ ਨੂੰ ਯਾਦ ਕਰ ਤਾਂ ਦੁੱਖ ਆਏਗਾ ਹੀ ਨਹੀਂ, ਅਤੇ ਜੇ ਦੁੱਖ ਵੇਲੇ ਯਾਦ ਕਰੇਗਾ ਤਾਂ ਦੁੱਖ ਰਹੇਗਾ ਨਹੀਂ। ਅਤੇ ਇਸ ਬੱਚੇ ਨੇ ਤਾਂ ਸਬਕ ਸਿੱਖ ਲਿਆ, ਬਲਕਿ ਸਿਖਾ ਵੀ ਦਿੱਤਾ। ਇਹ ਗੱਲ ਮੈਨੂੰ ਇਸ ਦੇ ਹੁਣੇ
ਗੱਡੀ 'ਚ ਆਉਂਦੇ ਆਉਂਦਿਆਂ ਸੁਣਾਈ ਹੈ, ਅਤੇ ਮੈਂ ਕਿਹਾ ਮੈਂ ਆਪਣੀ ਕਿਤਾਬ 'ਚ ਜ਼ਰੂਰ ਲਿਖਾਂਗਾ, ਪਰ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰ ਰਿਹਾ। ਫਿਰ ਮੈਨੂੰ ਪੁੱਛਿਆ, ਮੈਂ ਉਸਦਾ ਨਾਂ ਪਤਾ ਹੀ, ਕਹਿੰਦਾ ਉਹਦਾ ਨਾਂ ਫਤਿਹ ਵੀਰ ਸਿੰਘ। ਮੈਂ ਕਿਹਾ ਬਹੁਤ ਚੰਗੀ ਗੱਲ, ਫਤਿਹ ਟੀਵੀ 'ਤੇ ਫਤਿਹ ਵੀਰ ਸਿੰਘ ਦੀ ਗੱਲ ਹੋਏਗੀ ਤਾਂ ਬਹੁਤ ਚੰਗਾ ਹੋਏਗਾ। ਸੋ ਸਾਡੀਆਂ ਮਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਅੱਗੇ ਮਾਵਾਂ ਬੱਚਿਆਂ ਨੂੰ ਗੁਰਬਾਣੀ ਗੁਣ ਗਏ ਨਾ ਆਪਣੇ ਰੋਟੀ ਵਿੱਚ ਦਿੰਦੀਆਂ ਸਨ। ਰੋਟੀ ਪਕਾਉਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਰਦੀਆਂ, ਆਟਾ ਗੁੰਨਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਰਦੀਆਂ, ਫਿਰ ਉਸ ਦੀ ਬਰਕਤ ਤਾਂ ਪੈਣੀ ਹੈ ਨਾ। ਹੁਣ ਤਾਂ ਉਹ ਫਿਲਮਾਂ ਦੇ ਗਾਣੇ ਲੱਗੇ, ਨਾਲ ਡਾਂਸ ਹੋ ਰਿਹਾ, ਨਾਲ ਖਾਣਾ ਬਾਹਰੋਂ ਆ ਰਿਹਾ, ਪੀਜ਼ਾ ਆ ਰਿਹਾ, ਫਲਾਣਾ ਆ ਰਿਹਾ, ਟਿੰਗਾ ਆ ਰਿਹਾ, ਉਹ ਗੱਲ ਹੀ ਨਹੀਂ ਰਹੀ। ਲੇਕਿਨ ਜਿਸ ਮਾਂ ਨੇ ਉਸਨੂੰ ਇਹ ਕਹਿਤਾ ਪੁੱਤਰ ਔਖ ਵੇਲੇ ਵਾਹਿਗੁਰੂ ਬੋੜੇਗਾ, ਔਰ ਬੋੜ ਗਿਆ, ਹੁਣ ਉਸਨੂੰ ਸਾਰੀ ਉਮਰ ਛੇੜ ਕੇ ਦਿਖਾ ਦੇ, ਉਸ ਬੱਚੇ ਦੇ ਮਨ ਤੇ ਉਹ ਕਨਸੈਪਟ, ਉਹ ਚੀਜ਼ ਉਹ ਬੈਠ ਗਈ ਕਿ ਹੁਣ ਜਦੋਂ ਪੱਕੀ ਬੈਠ ਗਈ, ਬਿਲਕੁਲ ਉਹਨੂੰ ਕਦੀ ਵੀ ਉਹਦੀ ਤੇ ਉਹਦੀ ਤੇ ਬੈਠ ਹੀ ਗਈ। ਮੈਂ 82 83 ਸਾਲ ਦਾ ਬੰਦਾ, ਮੇਰੇ ਤੇ ਬੈਠ ਗਈ ਬਿਲਕੁਲ। ਮੈਂ ਤਾਂ ਗੱਲ ਕਰਦੇ ਹੋਏ ਕਿ ਮੇਰੇ ਦਿਮਾਗ 'ਚ ਵੀ ਚੀਜ਼ ਬੈਠ ਗਈ ਕਿ ਨਹੀਂ, ਜਦੋਂ ਵੀ ਤੁਸੀਂ ਸੱਚੇ ਦਿਲ ਨੂੰ ਯਾਦ ਕਰੋ ਤੇ ਉਹ ਤੁਹਾਡੇ ਨਾਲ ਖੜਾ, ਤੁਹਾਡੇ ਤੁਹਾਨੂੰ ਬੋੜੇਗਾ। ਔਰ ਮੈਨੂੰ ਜ਼ਿੰਦਗੀ 'ਚ ਕਦੇ ਵੀ ਤੁਸੀਂ ਜਿਹੜਾ ਕਹਿਣਾ, ਹੁਣ ਇਹ ਗੱਲ ਐਟ ਦੀ ਫੇਸ ਆਫ ਇਟ ਬੜੀ ਔਖੀ ਹੈ ਵੀ ਕਿਤਾਬ ਤਾਂ ਤੁਸੀਂ ਛਪਾਉਂਦੇ 1.25 ਲੱਖ ਰੁਪਏ ਲਾ ਕੇ, 1000 ਕਿਤਾਬ ਛਪਦੀ ਹੈ, 1 ਲੱਖ ਰੁਪਏ ਇਕੱਠਾ ਕਰਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਪਰ 1000 ਕਿਤਾਬ ਮੁਫਤ ਬਣਨੀ ਹੋਵੇ ਤਾਂ ਤੁਸੀਂ ਕਿਸੇ ਦੀਵਾਨ 'ਚ ਬੈਠੇ ਹੋ, ਕਿਸੇ ਨੂੰ 1 ਕਿਤਾਬ ਚਾਹੀਦੀ ਹੈ, ਉਹਨੂੰ 4 ਮੰਗਦਾ, ਔਰ ਅੱਜ ਮੈਂ ਭਰਾ ਨੂੰ ਦੇਣੀ, ਇਹ ਮੈਂ ਪਿੰਡ ਦੇਣੀ, ਇਹ ਪਿੰਡ ਦੇ ਗੁਰਦੁਆਰੇ ਨੂੰ ਦੇਣੀ। ਅਤੇ ਅਸੀਂ ਕਹਿੰਦੇ ਵੀ ਚਲੋ, ਇੰਟਰਸਟ ਹੋਇਆ, ਸਾਨੂੰ ਸਨਮਾਨਿਤ ਕੀਤਾ ਇੰਟਰਨੈਸ਼ਨਲ ਫੰਕਸ਼ਨ 'ਚ, ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ, ਓਰੀਐਂਟਲ ਹੈਰੀਟੇਜ, ਉਹਨਾਂ ਨੇ ਮੈਨੂੰ ਸਰਟੀਫਿਕੇਟ ਵੀ ਹੈ, ਤੁਹਾਡੀ ਤੁਸੀਂ ਦਿਖਾ ਸਕਦੇ ਹੋ, ਉਹਨਾਂ ਨੇ ਮਦਰ ਟਰੇਸਾ ਇੰਟਰਨੈਸ਼ਨਲ ਅਵਾਰਡ ਉਹਨਾਂ ਨੂੰ ਦਿੱਤਾ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਹੋਰ ਗੱਲਾਂ ਤਾਂ ਪਿੱਛੇ ਰਹੀਆਂ, ਮਦਰ ਟਰੇਸਾ ਦੋ ਕਹਿੰਦੇ ਦੁੱਖ ਦੂਰ ਕਰਦੀ ਸੀ ਅਤੇ ਉਹਨਾਂ ਨੂੰ ਸੁੱਖ ਦਿੰਦੀ ਸੀ, ਤੋਂ ਵੀ ਲੋਕਾਂ ਦੇ ਦੁੱਖ ਦਲਿੱਦਰੀ ਲਿਟਰੇਚਰ ਰਾਹੀਂ ਸਾਫ਼ ਕਰਕੇ ਉਹਨਾਂ ਦੇ ਮਨ ਨੂੰ ਨਿਰਮਲ ਕਰ ਰਹੇ ਹਾਂ, ਆਤਮਾ ਨੂੰ ਪ੍ਰਬਲ ਕਰ ਰਹੇ ਹਾਂ, ਸਰੀਰ ਨੂੰ ਸਵੱਛ ਕਰ ਰਹੇ ਹਾਂ। ਤੇਰਾ ਤਾਂ ਮਦਰ ਟਰੀਸਾ ਦਾ ਇੱਕੋ ਹੀ ਕੰਮ ਹੈ। ਔਰ ਇੱਕ ਗੱਲ ਉਹਨਾਂ ਨਾਲ ਹੋਰ ਕਹੀ, ਆਪਣੀ ਸਾਈਟੇਸ਼ਨ ਜਦੋਂ ਉਹਨਾਂ ਨੇ ਦੇਣ ਲੱਗੇ ਡਿਗਰੀ ਮੈਨੂੰ ਕਹੀ ਕਿ ਇਸ ਵਕਤ ਵਰਲਡ ਲੈਵਲ 'ਤੇ ਬੁੱਕ ਕਲਚਰ ਜਿਹੜੀ ਉਹ ਮਰ ਰਹੀ ਹੈ, ਲੋਕਾਂ ਦਾ ਕਿਤਾਬ ਵੱਲ ਧਿਆਨ ਨਹੀਂ ਰਿਹਾ, ਹੁਣ ਕਲਿੱਕ ਕਰਕੇ ਪੜ੍ਹਨਾ ਚਾਹੁੰਦੇ ਨੇ। ਪਰ ਸਾਡੇ ਹਿੰਦੁਸਤਾਨ ਦੀ ਤਾਂ 5000 ਸਾਲ ਦੀ ਕਿਤਾਬ ਦੀ ਕਲਚਰ ਹੈ, ਉਹ ਮਰ ਜਾਏਗੀ ਤਾਂ ਅਸੀਂ ਕੀ ਖਟਿਆ, ਸਾਡਾ ਤਾਂ ਸਾਰਾ ਕੁਝ ਹੀ ਉਹਦੇ ਵਿੱਚ ਹੈ। ਉਹ ਕਹਿੰਦੇ ਤੇਰੀਆਂ ਇਹਨਾਂ ਐਫਰਟਸ ਦੇ ਨਾਲ ਘੱਟੋ ਘੱਟ ਬੁੱਕ ਕਲਚਰ ਰਿਵਾਈਵ ਹੋ ਰਹੀ ਹੈ, ਉਦੋਂ ਸ਼ਕਤੀ ਮਿਲ ਰਹੀ ਹੈ, ਉਸਦੀ ਪਹੁੰਚ ਵੱਧ ਰਹੀ ਹੈ। ਇਹ ਆਪਣੇ ਆਪ 'ਚ ਇੱਕ ਬੜੀ ਨਾਦਰ ਸੇਵਾ ਜਿਹੜੀ ਤੂੰ ਕਰ ਰਿਹਾ, ਇਸ ਕਰਕੇ ਵੀ ਇਸ ਤਰ੍ਹਾਂ ਸਨਮਾਨ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਔਰ ਇਹ ਪ੍ਰੇਰਣਾ ਦੂਜਿਆਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਬੁੱਕ ਕਲਚਰ ਬਣੀ ਰਹੇ। ਅਤੇ ਮੈਂ ਸਮਝਦਾ ਬਈ ਸਾਡਾ ਇਹ ਫਰਜ਼ ਬਣਦਾ, ਜੇ ਅਸੀਂ ਸਿੱਖ ਹਾਂ, ਗੁਰੂ ਦੇ ਸਿੱਖ ਹਾਂ, 10 ਗੁਰੂ ਸਾਹਿਬਾਨ ਨੇ 239 ਸਾਲ ਦੀ ਕਾਲਨਾ ਕਾਲ ਕੇ ਜੋ ਸਾਨੂੰ ਸੰਦੇਸ਼ ਦਿੱਤਾ, ਉਸ ਵਿੱਚ ਇੱਕ ਐਸੀ ਰੋਹ ਰੀਤੀ ਦੱਸੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ, ਅਤੇ ਜੇ ਅਸੀਂ ਉਹ ਗੁਣ ਸਾਰੇ ਜਾਣਦੇ ਹਾਂ ਤਾਂ ਫਿਰ ਕਿਉਂ ਨਾ ਅਸੀਂ ਉਹਨਾਂ ਨੂੰ ਪਸਾਰਾ ਕਰੀਏ, ਸਾਰੀ ਦੁਨੀਆ ਨੂੰ ਉਹਦੀ ਸਾਂਝ ਪਵਾਈਏ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਵੀ ਦੁਨੀਆ 'ਚ ਕੋਈ ਐਸੀ ਥਾਂ ਵੀ ਹੈ। ਔਰ ਫਿਰ ਉਹਦੀ ਪ੍ਰੈਕਟੀਕਲ ਐਗਜ਼ੈਂਪਲ ਸਾਨੂੰ ਹਰਿਮੰਦਰ ਸਾਹਿਬ 'ਚ ਮਿਲਦੀ ਹੈ, ਜਦੋਂ ਉਹਨਾਂ ਲੋਕਾਂ ਨਾਲ ਗੱਲ ਕਰਦੇ ਹਾਂ, ਜਿੱਥੇ ਅਸੀਂ ਫਰਕ ਦੇਖਦੇ ਹੀ ਨਹੀਂ, ਜੋ ਖਾਣਾ ਉਹਨਾਂ ਨੂੰ ਮਿਲਦਾ ਸਾਨੂੰ ਉਸ ਤੋਂ ਵੱਧ ਵਧੀਆ ਮਿਲਦਾ, ਵੀ ਬਾਹਰੋਂ ਆਏ ਇਹਨਾਂ ਨੂੰ ਥੋੜ੍ਹੀ ਹੋਰ ਇੱਜ਼ਤ ਕਰਕੇ ਦਿਓ। ਉਹ ਲੋਕ ਤਾਂ ਆਪਣੇ ਭਾਂਡੇ ਆਪ ਮਾਂਜ ਲੈਂਦੇ ਹੋਣੇ, ਸਾਡੇ ਉਹ ਫੜ ਲੈਂਦੇ, ਅਸੀਂ ਮਾਂਜਦੇ ਨੇ, ਸਾਨੂੰ ਕਮਰਾ ਮਿਲ ਜਾਂਦਾ, ਰਿਹਾਇਸ਼ ਮਿਲ ਜਾਂਦੀ ਹੈ, ਹਰ ਕੋਈ ਸਮੱਸਿਆ ਆਵੇ ਤਾਂ ਅਸੀਂ ਕਿਸੇ ਵੀ ਬੰਦੇ ਨਾਲ ਗੱਲ ਕਰਦੇ ਹਾਂ, ਉਹ ਸਾਡੀ ਉਸ ਵਕਤ ਹੱਲ ਕਰਨ ਨੂੰ ਤਿਆਰ ਹੋ ਜਾਂਦਾ। ਇਸ ਤੋਂ ਹੋਰ ਸੱਚਾ ਸੁੱਚਾ ਔਰ ਬਿਹਤਰੀਨ ਅਸਥਾਨ ਕਿਹੜਾ ਉਸਦੇ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਦਾ ਪ੍ਰੈਕਟੀਕਲ ਪ੍ਰਦਰਸ਼ਨ ਹੋ ਰਿਹਾ ਹੋਵੇ। ਤਾਂ ਮੈਂ ਸਮਝਦਾ ਸਾਡੇ ਉੱਤੇ ਇੱਕ ਵਾਧੂ ਫਰਜ਼ ਬਣਦਾ, ਅਸੀਂ ਚੰਗੇ ਹਾਂ ਅਤੇ ਦੂਜਿਆਂ ਵਿੱਚ ਵੀ ਚੰਗਾਈ ਪੈਦਾ ਕਰੀਏ। ਅਸੀਂ ਚੰਗੇ ਵਿਰਸੇ ਦੇ ਮਾਲਕ ਹਾਂ ਤਾਂ ਸਾਨੂੰ ਉਸ ਦੀ ਸਾਂਝ ਪਾਉਣੀ ਚਾਹੀਦੀ। ਸਾਡੀਆਂ ਰੋਹ ਰੀਤਾਂ ਐਸੀਆਂ ਖੂਬਸੂਰਤ ਜਿਹੜੀਆਂ ਦੀ ਅਗਰ ਕਿਸੇ ਨੂੰ ਪਤਾ ਲੱਗੇ ਤਾਂ ਉਹ ਅਸ਼ਸ਼ ਕਰ ਉੱਠਦਾ, ਅਸੀਂ ਉਹ ਆਪਣੇ ਆਪ ਤੱਕ ਨਾ ਲੈ ਜਾਈਏ, ਅਸੀਂ ਉਹਨਾਂ ਨੂੰ ਦੂਜਿਆਂ ਤੱਕ ਵੀ ਦੱਸਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਸਾਰੀ ਦੁਨੀਆ ਮੇਰੇ ਪੁੱਤਰ ਇਸ ਵਕਤ
ਨਫ਼ਰਤ ਦੇ ਢੇਰ 'ਚ ਬੈਠੀ ਹੈ, ਬਰੂਦ ਦੇ ਢੇਰ 'ਤੇ ਬੈਠੀ ਹੈ। ਕੋਈ ਇੱਕ ਤੀਲੀ ਲਾ ਦੇਗਾ ਤਾਂ ਇਹ ਦੁਨੀਆ ਦਾ ਕੁਛ ਨਹੀਂ ਰਹਿਣਾ। ਅਗਰ ਇਸ ਦੁਨੀਆ ਨੂੰ ਬਚਾ ਸਕਦਾ, ਸੁੱਖ ਸ਼ਾਂਤੀ ਪਿਆਰ ਹਮਦਰਦੀ ਔਰ ਸੇਵਾ ਸਿਮਰਨ ਦੀ ਗੱਲ ਦੱਸ ਸਕਦਾ, ਉਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ, 10 ਗੁਰੂ ਸਾਹਿਬਾਨ ਦੀ ਦੇਣ ਹੈ ਜਿਹੜੀ ਉਹਨਾਂ ਨੇ ਸਾਨੂੰ ਸਰਬੰਸ ਵਾਰ ਕੇ ਦਿੱਤੀ ਹੈ, ਔਰ ਉਹ ਸਾਡਾ ਫਲ ਬਣਦਾ ਕਿ ਅਸੀਂ ਦੁਨੀਆ ਤੱਕ ਉਸ ਨੂੰ ਲਿਜਾ ਸਕੀਏ। ਜਦ ਦੁਨੀਆ 'ਚੋਂ ਜਾਏਗੀ ਤਾਂ ਫਿਰ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਬਾਹਾਂ ਐਡੀਆਂ ਵਿਸ਼ਾਲ ਕਿ ਸਾਰਾ ਸੰਸਾਰ ਉਹਨਾਂ ਦੇ ਪਿਆਰ 'ਚ ਆ ਸਕਦਾ, ਔਰ ਸਭ ਇੱਕ ਐਸੇ ਨੇ ਗੁਰੂ ਨਾਨਕ ਤੇਰੀ ਜੈ ਹੋ, ਬਾਬਾ ਨਾਨਕ ਤੇਰੀ ਜੈ ਹੋ। ਡਾਕਟਰ ਸਰੂਪ ਜੀ, ਇਹ ਜਿਹੜੀ ਬੁੱਕ ਹੈਗੀ ਹਰਿਮੰਦਰ ਦਰਸ਼ਨ ਜੀ, ਪੁੱਤਰ ਕਿੰਨੀ ਲੈਂਗੁਏਜਸ ਵਿੱਚ ਜਿਹੜੀ ਹੈ? ਵੈਰੀ ਗੁੱਡ। ਦੇਖੋ, ਕਿਉਂਕਿ ਹਿੰਦੀ, ਇੰਗਲਿਸ਼ ਲੈਂਗੁਏਜ ਅਤੇ ਪੰਜਾਬੀ ਲੈਂਗੁਏਜ, ਇਹ ਤਾਂ ਦੋ ਮੇਜਰ ਲੈਂਗੁਏਜ ਚੱਲਦੀ ਹੈ। ਇੰਗਲਿਸ਼, ਪੰਜਾਬੀ ਔਰ ਹਿੰਦੀ, ਇਹ ਤਿੰਨਾਂ ਵਿੱਚ ਤਾਂ ਛਪ ਰਹੀ ਹੈ। ਹਾਂਜੀ, ਅਸੀਂ ਇਸ ਨੂੰ ਮਰਾਠੀ ਵਿੱਚ ਟ੍ਰਾਂਸਲੇਟ ਕਰਵਾਉਣ ਦੀ ਯਤਨ ਕਰ ਰਹੇ ਹਾਂ, ਗੁਜਰਾਤੀ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਸਾਨੂੰ ਜਿਹੜੇ ਬਾਹਰਲੇ ਸਿੱਖ ਜਿਹੜੇ ਇਸ ਗੱਲ ਨੂੰ ਮਹਿਸੂਸ ਕਰਦੇ ਨੇ, ਉਹ ਕਹਿੰਦੇ ਇਹ UNO ਦੀਆਂ ਸਾਰੀਆਂ ਲੈਂਗੁਏਜ 'ਚ ਹੋਣੀ ਚਾਹੀਦੀ ਹੈ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਬਈ। ਔਰ ਇੱਕ ਹੋਰਾਂ ਨੇ ਮੈਨੂੰ ਇਹ ਸਲਾਹ ਦਿੱਤੀ ਹੈ, ਕਿਉਂਕਿ ਦੁਨੀਆ ਦੇ ਇਸ ਵਕਤ ਹੁਣ, ਅੱਗੇ ਪਹਿਲੇ 173 ਦੇਸ਼ ਸੀ, ਹੁਣ UNO 'ਚ 193 ਦੇਸ਼ ਜਿਹੜੇ ਉਹ ਰਜਿਸਟਰਡ, ਮੈਂ ਉਹਨਾਂ ਦੇ ਝੰਡੇ ਲੱਗੇ UNO ਦੇ ਦਫ਼ਤਰ 'ਚ ਦੇਖ ਕੇ ਆਇਆ। ਉਹ ਕਹਿੰਦੇ ਇਹ ਹਰਿਮੰਦਰ ਸਾਹਿਬ ਜਿਹੜਾ ਸਾਰੀ ਦੁਨੀਆ ਦੇ ਲੋਕਾਂ ਦਾ, ਕਿਉਂ ਨਾ ਇੱਕ ਅਪੀਲ ਕੀਤੀ ਜਾਵੇ ਕਿ ਕੋਈ ਵੀ ਸਿੱਖ ਸਾਹਮਣੇ ਆਵੇ। ਅੱਗੇ ਤਾਂ ਸਿੱਖ ਨੂੰ ਹਰਿਮੰਦਰ ਸਾਹਿਬ ਦੀ ਸ਼ਾਨ ਵੱਡੀ ਕਰਨ ਵਾਸਤੇ ਸਰਬੰਸ ਕਟਵਾਉਣਾ ਪੈਂਦਾ ਸੀ, ਬੰਦ ਕਟਵਾਉਣੇ ਪੈਂਦੇ ਸੀ, ਆਪਣੇ ਸੀਸ ਕਟਵਾਉਣਾ ਪੈਂਦਾ ਸੀ, ਬੱਚਿਆਂ ਦੇ ਟੁਕੜੇ ਕਰਵਾਉਣੇ ਪੈਂਦੇ ਸਨ, ਤਾਂ ਹਰਿਮੰਦਰ ਦੀ ਸ਼ਾਨ ਬਚਾ ਕੇ ਰੱਖਣੀ ਪੈਂਦੀ ਸੀ। ਹੁਣ ਉਹ ਸਮੱਸਿਆ ਤਾਂ ਨਹੀਂ ਰਹੀ, ਹੁਣ ਹਰਿਮੰਦਰ ਦੀ ਸ਼ਾਨ ਗੁਰੂ ਮਹਾਰਾਜ ਨੇ ਬਹੁਤ ਵੱਡੀ ਕੀਤੀ ਹੈ। ਪਰ ਹੁਣ ਜੇ ਅਸੀਂ ਥੋੜ੍ਹੇ ਜਿਹੇ ਪੈਸੇ ਲਾ ਕੇ, ਸੇਵਾ ਪਾ ਕੇ, ਇੱਕ ਕਿਤਾਬ ਛਪਵਾ ਕੇ ਵੰਡ ਦਈਏ, ਤਾਂ ਹਰਿਮੰਦਰ ਦੀ ਸ਼ਾਨ ਹੋਰ ਵੱਡੀ ਹੋਏਗੀ। ਸੋਨਾ ਤਾਂ ਉਹੀ ਦੇਖੇਗਾ ਨਾ ਜਿਹੜਾ ਉੱਥੇ ਜਾਏਗਾ, ਪਰ ਜੇ ਇਹ ਕਿਤਾਬ ਜਿੱਥੇ ਜਾਏਗਾ ਉਹ ਸੋਨੇ ਦਾ ਪ੍ਰਭਾਵ ਉੱਥੇ ਪੈਦਾ ਕਰੇਗੀ। ਹੁਣ ਦੁਨੀਆ ਦੇ ਕੁਝ ਲੋਕਾਂ ਦੀ ਇਹ ਸੋਚ ਹੈ ਕਿ ਜਿਹੜੇ ਦੁਨੀਆ ਦੇ 193 ਦੇਸ਼, ਅਸੀਂ ਸਿੱਖਾਂ ਨੂੰ ਅਪੀਲ ਕਰੀਏ ਵੀ ਤੁਸੀਂ ਇੱਕ ਇੱਕ ਦੋ ਦੋ ਐਡੀਸ਼ਨ ਦੀ ਸੇਵਾ ਲਾਓ। ਤੁਸੀਂ ਕਹੋ ਮੇਰੇ ਵੱਲੋਂ ਅਫਗਾਨਿਸਤਾਨ ਦੀ ਇੱਕ ਕਿਤਾਬ ਛਾਪ ਦਿਓ, ਦੂਜਾ ਕਹੋ ਮੇਰੇ ਵਾਸਤੇ ਬ੍ਰਾਜ਼ੀਲੀ ਦੇਸ਼ ਦੀ ਛਾਪ ਦਈ, ਤੀਜਾ ਕਹੋ ਮੇਰੀ ਤੁਸੀਂ ਸਵੀਡਨ ਦੀ ਛਾਪ ਦਿਓ। ਇਵੇਂ ਕਰਦਿਆਂ ਕਰਦਿਆਂ ਹਰ ਬੰਦਾ ਇੱਕ ਇੱਕ ਦੋ ਦੋ ਦੇਸ਼ਾਂ ਦੀ ਇੱਕ ਇੱਕ ਐਡੀਸ਼ਨ, ਅਸੀਂ ਉਸ ਦੇਸ਼ ਦਾ ਝੰਡਾ ਲਾ ਕੇ ਉਸ ਦੇਸ਼ ਦੀ ਵੀ ਇਹ ਦੇਸ਼ ਵੀ ਆਪਣਾ ਸਤਿਕਾਰ ਹਰਿਮੰਦਰ ਸਾਹਿਬ ਨੂੰ ਪੇਂਟ ਕਰ ਰਿਹਾ, ਇਹ ਦੇਸ਼ ਵੀ ਹਰਿਮੰਦਰ ਸਾਹਿਬ ਨੂੰ ਆਪਣਾ ਸਤਿਕਾਰ ਕਰ ਰਿਹਾ। ਘੱਟੋ ਘੱਟ ਹਰਿਮੰਦਰ ਇੱਕ ਐਸੀ ਥਾਂ ਹੈ ਜਿੱਥੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕ ਜਦੋਂ ਉੱਥੇ ਬਰਾਬਰੀ ਦੇ ਅਹਿਸਾਸ ਨਾਲ ਜਾ ਸਕਦੇ ਨੇ ਤਾਂ ਆਪਣਾ ਸਤਿਕਾਰ ਵੀ ਤਾਂ ਦੇ ਸਕਦੇ ਨੇ। ਜੋ ਆਪ ਨਹੀਂ ਦੇ ਰਹੇ ਤਾਂ ਕੋਈ ਹੋਰ ਉਹਨਾਂ ਦੀ ਥਾਂ 'ਤੇ ਦੇ ਰਹੇ, ਤਦ ਵੀ ਭਾਈਚਾਰੇ ਦੀ ਭਾਵਨਾ ਤਾਂ ਵੱਧਦੀ ਹੈ ਨਾ। ਤਾਂ ਮੈਂ ਇਹ ਕਹਿੰਦਾ ਵੀ ਸਾਨੂੰ ਹਰ ਉਹ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਹਰਿਮੰਦਰ ਸਾਹਿਬ ਦੀ ਸ਼ਾਨ ਘਰ ਘਰ 'ਚ, ਹਿਰਦੇ ਹਿਰਦੇ ਵਿੱਚ। ਅਸੀਂ ਜਦੋਂ ਇਹ ਕਿਤਾਬਾਂ ਸ਼ਾਮ ਨੂੰ ਵੰਡਦੇ ਹਾਂ ਗੋਰਿਆਂ 'ਚ ਵੀ, ਤਾਂ ਉਹ ਕਹਿੰਦੇ ਵੀ ਅਸੀਂ ਲਿਟਰੇਚਰ ਮੰਗਦੇ ਹਾਂ ਤਾਂ ਮਿਲਦਾ ਨਹੀਂ ਇੱਥੇ ਹਰਿਮੰਦਰ ਸਾਹਿਬ ਦਾ। ਫੋਟੋਆਂ ਅਸੀਂ ਬੜੀਆਂ ਖਿੱਚ ਲਈਆਂ, ਲੇਕਿਨ ਅਸੀਂ ਜਾ ਕੇ ਕੀ ਦੱਸਾਂਗੇ ਉਹਦੀ ਹਿਸਟਰੀ ਕੀ ਹੈ, ਉਸ 'ਚ ਉਹਦੀਆਂ ਸਿਫਤਾਂ ਕੀ। ਪਰ ਹੁਣ ਜੇ ਤੁਹਾਡੀ ਇਹ ਕਿਤਾਬ ਇੱਥੇ, ਇਹ ਦੇਖੋ ਤੁਸੀਂ, ਇਹਦੇ 50 ਐਡੀਸ਼ਨ ਅਸੀਂ, ਇਹ ਉਹੀ ਕਿਤਾਬ ਹੈ ਅੰਗਰੇਜ਼ੀ 'ਚ, ਦੇਖੋ ਕਿਤੇ ਸੋਹਣੀ ਹੈ। ਹਾਂ, ਇਸਦੇ ਅਸੀਂ 50 ਐਡੀਸ਼ਨ ਛਾਪ ਕੇ ਬਣ ਚੁੱਕੇ ਹਾਂ। ਇਹ ਅਸੀਂ ਜਦੋਂ ਉੱਥੇ ਉਹਨਾਂ ਨੂੰ ਦਿੰਦੇ ਹਾਂ ਨਾ ਤਾਂ ਛਾਤੀ ਨਾਲ ਲਾਉਂਦੇ, ਉਹ ਕਹਿੰਦੇ ਵਾਹ, ਹੁਣ ਸਾਨੂੰ, ਅਸੀਂ ਇਤਨੇ ਰਿਚ ਹੋ ਗਏ ਹਾਂ ਕਿ ਹੁਣ ਹਰਿਮੰਦਰ ਸਾਹਿਬ ਸਾਡੇ ਨਾਲ ਸਾਡੇ ਘਰ ਚੱਲਣਗੇ ਅਤੇ ਸਾਰੀ ਉਮਰ ਸਾਨੂੰ ਅਗਵਾਈ ਬਖਸ਼ਣਗੇ। ਹੁਣ ਅਸੀਂ ਕਿਸੇ ਨੂੰ ਦੱਸ ਸਕਾਂਗੇ ਵੀ ਜਿੱਥੇ ਅਸੀਂ ਹੋ ਕੇ ਆਏ ਹਾਂ ਉਹ ਇਹ ਜਗ੍ਹਾ ਜੀ ਜ਼ਰਾ ਪੜ੍ਹ ਕੇ ਦੇਖ। ਅਤੇ ਮੈਂ ਸਮਝਦਾ ਇਹ ਬਹੁਤ ਵੱਡੀ ਗੱਲ ਹੋਏਗੀ, ਅਸੀਂ ਅਗਲੇ 5-7-10-15 ਸਾਲਾਂ 'ਚ ਸਾਰੀ ਦੁਨੀਆ ਨੂੰ ਨੂਰੋ ਨੂਰ ਕਰ ਸਕਦੇ ਹਾਂ ਹਰਿਮੰਦਰ ਸਾਹਿਬ ਦੀ ਫਿਲਾਸਫੀ ਨਾਲ। ਔਰ ਉਹ ਫਿਲਾਸਫੀ ਕਿਤਨੀ ਚੰਗੀ, ਬਰਾਬਰੀ ਦੇ ਅਹਿਸਾਸ ਵਿੱਚ, ਸਭ ਨੂੰ ਭੈਣ ਭਰਾ। ਉੱਥੇ ਕਦੇ ਕਿਸੇ ਨੂੰ ਕਿਹਾ ਤੁਹਾਡੇ ਕੋਲ ਚੀਜ਼ ਡਿੱਗ ਜਾ ਤਾਂ ਲੈ ਕੇ ਵਾਹਿਗੁਰੂ, ਤੁਹਾਡੀ ਪੈਨਸਲ ਡਿੱਗ ਪਈ, ਵਾਹਿਗੁਰੂ ਕਰਕੇ ਐਡਰ, ਪਾਣੀ ਪੀਣਾ ਵਾਹਿਗੁਰੂ, ਜਲ ਰੋਟੀ ਖਾਣੀ ਵਾਹਿਗੁਰੂ, ਪ੍ਰਸ਼ਾਦਾ, ਜਿੱਥੇ ਵਾਹਿਗੁਰੂ ਦਾ ਹੀ ਜ਼ਹੂਰ ਹੈ। ਔਰ ਅਸੀਂ ਸਾਰੇ ਉਸ ਦੇ ਪੁੱਤਰ ਹਾਂ, ਧੀਆਂ ਪੁੱਤਰ ਹਾਂ। ਅਸੀਂ ਬਾਹਰ ਕਿਤਨਾ ਗੰਦ ਪਾਇਆ, ਸਾਡਾ ਸਾਰਾ ਹਿੰਦੁਸਤਾਨ ਗੰਦਾ ਹੋ ਸਕਦਾ, ਸਵੱਛ ਲਹਿਰ ਸ਼ੁਰੂ ਹੋ ਸਕੇ। ਪਰ ਇਹ ਵੀ ਰਿਪੋਰਟ ਮਿਲੀ ਕਿ ਹਰਿਮੰਦਰ ਸਾਹਿਬ ਤੋਂ ਸਵੱਛ ਕੋਈ ਥਾਂ ਹੈ ਨਹੀਂ। ਕਿਤਨੀ ਗੁਰੂ ਦੀ ਬਖਸ਼ਿਸ਼ ਹੈ, ਉੱਥੇ ਕੌਣ ਇਹ ਕਰ ਜਾਂਦਾ, ਉੱਥੇ ਵਾਤਾਵਰਨ। ਮੈਂ ਤਾਂ ਕਹਿੰਦਾ ਪਿਛਲੇ 400 ਸਾਲ ਤੋਂ ਲਗਾਤਾਰ ਦਿਨ ਰਾਤ
ਉੱਥੇ ਕੀਰਤਨ ਦਰਬਾਰ ਹੋ ਰਿਹਾ ਜਿਹੜਾ ਬੰਦ ਹੀ ਨਹੀਂ ਹੋ ਰਿਹਾ, ਅਤੇ ਜਿੱਥੇ ਕੀਰਤਨ ਹੋ ਰਿਹਾ ਉਸਤਤ ਹੋ ਰਹੀ ਹੈ, ਉਸਦੀ ਦਿਨ ਰਾਤ ਹੋ ਰਹੀ ਹੈ, ਤਾਂ ਉਹ ਜਗ੍ਹਾ ਕਿਤਨੇ ਕਿ ਚਾਰਜ ਹੋ ਜਾਂਦਾ ਬੰਦਾ, ਤੁਸੀਂ ਅੰਦਰ ਵੜਦੇ ਹੀ ਤੁਸੀਂ ਕਹਿੰਦੇ ਹੋ ਆਤਮਾ ਸ਼ੁੱਧ ਹੋ ਗਈ। ਇਹ ਤਾਂ ਇਹ ਤਾਂ ਧਰਤੀ ਕੋਈ ਹੋਰ ਹੈ ਰੀਅਲੀ, ਭੈੜੇ ਤੋਂ ਭੈੜਾ ਬੰਦਾ ਵੀ ਉੱਥੇ ਜਾ ਕੇ ਆਪਣੇ ਆਪ ਨੂੰ ਸੁਖਦਾਇਕ ਮਹਿਸੂਸ ਕਰਦਾ, ਕਿਉਂਕਿ ਉੱਥੇ ਹਰ ਵਕਤ ਰੱਬ ਦੀ ਉਸਤਤ। ਮੈਂ ਉੱਥੇ ਇੱਕ ਕਈ ਸਾਲ ਪਹਿਲੇ ਦੀ ਗੱਲ ਹੈ, ਉੱਥੇ ਇੱਕ ਗੋਰੀ ਬੀਬੀ ਤੁਹਾਡੇ ਵਾਂਗ ਦਸਤਾਰ ਸਜਾ ਕੇ ਬੈਠੀ ਸੀ, ਅਮੈਰੀਕਾ ਦੀ ਨਵੀਂ ਨਵੀਂ ਹਰਭਜਨ ਸਿੰਘ ਯੋਗੀ ਦੇ ਥਰੂ ਕਰ, ਉਹ ਵੀ ਅਕਾਲ ਰੈਸਟੋਰ 'ਚ ਠਹਿਰੀ ਸੀ, ਅਤੇ ਮੈਂ ਵੀ ਉੱਥੇ ਠਹਿਰਿਆ ਹੋਇਆ ਸੀ, ਅਤੇ ਸਵੇਰੇ 2:30 ਵਜੇ ਅਸੀਂ ਦੋਨੋਂ ਬਾਈ ਚਾਂਸ ਇਕੱਠੇ ਨਿਕਲੇ। ਉਹਨੇ ਵੀ ਇਸ਼ਨਾਨ ਕਰਕੇ ਦਰਬਾਰ ਸਾਹਿਬ ਆਣ ਕੇ ਬੈਠ ਗਈ, ਮੈਂ ਵੀ ਬੈਠ ਗਿਆ। 6:15 ਵਜੇ ਜਦੋਂ ਬਾਹਰ ਨਿਕਲੀ, ਮੈਂ ਵੀ ਬਾਹਰ ਨਿਕਲਿਆ, ਅਤੇ ਮੈਂ ਉਸਨੂੰ ਪੰਜਾਬੀ 'ਚ ਕਿਹਾ, ਮੈਂ ਕਿਹਾ ਭੈਣ ਜੀ ਮੈਂ ਤੁਹਾਨੂੰ ਪਿਛਲੇ 3-4 ਘੰਟਿਆਂ ਤੋਂ ਬੈਠਿਆ ਦੇਖ ਰਿਹਾ, ਬੜਾ ਤੁਸੀਂ ਇਕਾਗਰ ਚਿੱਤ ਨਾਲ ਬੈਠੇ ਰਹੇ, ਇਤਨਾ ਤਾਂ ਕੋਈ ਵੀ ਨਹੀਂ ਉੱਥੇ ਬੈਠਿਆ। ਮੈਂ ਬੋਲਦਾ ਰਿਹਾ ਤਾਂ ਉਹਨੂੰ ਕਹਿੰਦੇ, ਸਿੰਘ ਆਈ ਐਮ ਸੋ ਸੋਰੀ, ਆਈ ਡੋਂਟ ਨੋ ਏ ਵਰਲਡ ਆਫ ਪੰਜਾਬੀ। ਮੈਂ ਤੁਸੀਂ ਪੰਜਾਬੀ ਨਹੀਂ ਜਾਣਦੇ? ਮੈਂ ਫਿਰ ਵੀ ਪੰਜਾਬੀ 'ਚ ਗੱਲ ਕਰ, ਤੁਸੀਂ ਉਹ ਕਹਿੰਦੇ ਨੋ ਆਈ ਡੋਂਟ ਨੋ ਪੰਜਾਬੀ। ਮੈਂ ਫਿਰ 5 ਘੰਟੇ ਤੂੰ ਸੁਣਿਆ ਕੀ ਹੈ, ਤੈਨੂੰ ਤਾਂ ਫਿਰ ਕੁਛ ਵੀ ਨਹੀਂ ਸਮਝ ਆਇਆ ਹੋਣਾ। ਉਹ ਕਹਿੰਦੇ ਨੋ, ਮੈਨੂੰ ਇੱਕ ਗੱਲ ਸਮਝ ਆਈ ਹੈ, ਉਹ ਇਹ ਹੈ ਵੀ ਇੱਥੇ ਸਿਰਫ ਅਤੇ ਸਿਰਫ ਵਾਹਿਗੁਰੂ ਦੀ ਉਸਤਤ ਹੋ ਸਕਦੀ ਹੈ, ਹੋਰ ਕੁਛ ਨਹੀਂ ਹੋ ਸਕਦਾ। ਜਿਹੜਾ ਮਿਊਜ਼ਿਕ ਵੱਜ ਰਿਹਾ ਉਹ ਵੀ ਉਸਤਤ ਕਰ ਰਿਹਾ, ਜਿਹੜਾ ਬੰਦਾ ਗਾ ਰਿਹਾ ਉਹ ਵੀ ਉਸਤਤ ਕਰ ਰਿਹਾ, ਔਰ ਵਾਹਿਗੁਰੂ ਦੀ ਉਸਤਤ ਕਰ ਰਿਹਾ। ਕੋਈ ਕਹਾਣੀ ਨਹੀਂ ਸੁਣਾ ਰਿਹਾ, ਕੋਈ ਕਥਾ ਨਹੀਂ ਸੁਣਾ ਰਿਹਾ, ਉਸਤਤ ਕਰ ਰਿਹਾ। ਅਤੇ ਜਿੱਥੇ ਅਕਾਲ ਪੁਰਖ ਦੀ ਉਸਤਤ ਹੋ ਰਹੀ ਹੈ, ਉੱਥੇ ਸਮਝਣ ਦੀ ਲੋੜ ਕੀ ਹੈ? ਉਹ ਸਭ ਕੁਝ ਉਸਦੀ ਉਸਤਤ ਹੀ ਹੋ ਰਹੀ। ਤੇਰੇ ਨਾਲੋਂ ਜ਼ਿਆਦਾ ਮੈਨੂੰ ਸਮਝ ਆਈ, ਮੈਂ ਕਿਹਾ ਵਾਕਈ ਤੇਰੇ ਨੂੰ ਮੇਰੇ ਨਾਲੋਂ ਜ਼ਿਆਦਾ ਸਮਝ ਆਈ ਹੈ। ਔਰ ਮੈਂ ਮਹਿਸੂਸ ਕਰਦਾ ਕਿ ਜੇ ਅਸੀਂ ਉਸ ਗੱਲ ਦੇ ਕਸਟੋਡੀਅਨ ਬਣੇ ਹਾਂ, ਇਹ ਠੀਕ ਹੈ ਸਾਰੀ ਦੁਨੀਆ ਦਾ, ਹਰਿਮੰਦਰ ਸਾਹਿਬ ਸਾਰੀ ਦੁਨੀਆ ਦਾ, ਪਰ ਚਲੋ ਗੁਰੂ ਸਾਹਿਬ ਨੇ ਸੇਵਾ ਸਾਨੂੰ ਦਿੱਤੀ ਹੈ, ਅਸੀਂ ਕਹਿੰਦੇ ਹਾਂ ਵੀ ਭਾਵੇਂ ਅਸੀਂ ਨਲਾਇਕ ਨਾ ਜਾਂ ਲਾਇਕ ਨਾ, ਸੇਵਾ ਸਾਨੂੰ ਉਹਨਾਂ ਦਿੱਤੀ ਹੈ, ਪਰ ਸਾਡਾ ਇਹ ਫਰਜ਼ ਬਣਦਾ ਉਹ ਸੇਵਾ ਇਤਨੀ ਸੁੱਚੀ, ਇਤਨੀ ਮਹਾਨ, ਇਤਨੀ ਪਵਿੱਤਰ, ਇਤਨੀ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਇੱਕ ਵਿਜ਼ਿਟਰ ਦੇ ਤੌਰ 'ਤੇ ਹਰਿਮੰਦਰ ਸਾਹਿਬ ਆਇਆ ਹੋਵੇ, ਇੱਕ ਸ਼ਰਧਾਲੂ ਦੇ ਤੌਰ 'ਤੇ ਵਾਪਸ ਜਾਵੇ। 2.5 ਲੱਖ ਬੰਦਾ ਰੋਜ਼ ਉੱਥੇ ਮੱਥਾ ਟੇਕਣ ਆਉਂਦਾ। ਇੱਕ ਦਿਨ ਅਸੀਂ ਸਾਰਾ ਟੱਬਰ ਲੈ ਗਏ, ਅਸੀਂ ਅੰਗਰੇਜ਼ੀ, ਪੰਜਾਬੀ, ਹਿੰਦੀ ਵਿੱਚ ਛੋਟੀਆਂ ਛੋਟੀਆਂ ਕਿਤਾਬਾਂ, ਸੱਚਖੰਡ ਹਰਿਮੰਦਰ ਬੁੱਕ ਫਾਰਮ, ਜਿਹੜੀ ਛੋਟੀ ਬੁਕਲੈਟ ਫਾਰਮ 'ਚ, ਉਹ ਮੈਂ ਲਿਆਉਂਦੀ ਹਾਂ ਵੀ ਇੱਥੇ ਦਿਖਾਉਣਾ, ਇਹਨਾਂ ਨੂੰ ਦਿਖਾਵਾਂਗੇ ਤੁਹਾਨੂੰ। ਅਸੀਂ ਉੱਥੇ ਲੋਕਾਂ ਨੂੰ ਕਿਹਾ ਵੀ ਤੁਸੀਂ ਇੱਥੇ ਖੜ੍ਹੇ ਹੋ, 2.5 ਘੰਟੇ ਤੁਹਾਡੀ ਵਾਰੀ ਨਹੀਂ ਆਉਣੀ, ਅਤੇ ਤੁਸੀਂ ਇਹ ਕਿਤਾਬ ਅਸੀਂ ਤੁਹਾਨੂੰ ਦਿੰਦੇ ਹਾਂ, ਹਿੰਦੀ 'ਚ ਵੀ ਦਿੰਦੇ ਹਾਂ, ਪੰਜਾਬੀ 'ਚ ਦਿੰਦੇ ਹਾਂ, ਅੰਗਰੇਜ਼ੀ 'ਚ ਵੀ ਦਿੰਦੇ ਹਾਂ, ਤੁਸੀਂ ਇਸ ਨੂੰ ਪੜ੍ਹੋ, ਇਹਦੇ ਨਾਲ ਤੁਹਾਨੂੰ ਥੋੜ੍ਹਾ ਬਹੁਤ ਪਤਾ ਲੱਗੇਗਾ ਹਰਿਮੰਦਰ ਕੀ ਚੀਜ਼ ਹੈ ਜਿੱਥੇ ਤੁਸੀਂ ਮੱਥਾ ਟੇਕਣ ਆਏ ਹੋ। ਉਹਨਾਂ ਨੇ ਹੁਣ ਖੜ੍ਹੇ ਹੋਰ ਤਾਂ ਕੰਮ ਕੋਈ ਨਹੀਂ, ਉਹਨਾਂ ਨੂੰ ਪੜ੍ਹਨੀਆਂ ਸ਼ੁਰੂ ਕੀਤੀਆਂ। ਬੇਟੇ ਇਹ ਦੇਖ ਵੀ ਜਦੋਂ ਉਹ ਵਾਪਸ ਜਾ ਰਹੇ ਮੱਥਾ ਟੇਕਣ ਤੋਂ ਬਾਅਦ, ਅਸੀਂ ਵੱਡੀਆਂ ਕਿਤਾਬਾਂ ਬਣ ਰਹੇ ਸੀ ਉੱਥੇ, ਲੋਕਾਂ ਨੇ ਸਾਡੀ ਗੱਡੀ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ। ਰੀਅਲੀ ਅਸੀਂ ਤਾਂ ਵੈਸੇ ਤਾਂ ਸੋਚਦੇ ਸਾਨੂੰ ਫਸ ਹੀ ਗਏ ਹਾਂ ਇੱਥੇ ਆ ਕੇ, ਵਾਰੀ ਪਤਨ ਕਦੋਂ ਆਏਗੀ, ਲੇਕਿਨ ਇਹ ਕਿਤਾਬ ਬਣ ਸਾਨੂੰ ਚਾਹ ਚੜ ਗਏ ਭਾਗਾਂ ਵਾਲਿਆਂ ਕਿ ਸਾਡੀ ਵਾਰੀ ਆਏਗੀ। ਔਰ ਜਦੋਂ ਅਸੀਂ ਹੁਣ ਮੱਥਾ ਟੇਕ ਵਾਪਸ ਜਾ ਰਹੇ ਹਾਂ, ਅਸੀਂ ਕਹਿੰਦੇ ਅਸੀਂ ਬਲੈਸਡ ਪਰਸਨ ਜਿਹੜੇ ਇੱਥੋਂ ਹੋ ਕੇ ਆਏ ਹਾਂ, ਹੁਣ ਇਹ ਤੁਹਾਡੀ ਕਿਤਾਬ ਲੈ ਕੇ ਚੱਲੀ ਜਾਂਦਾ, ਹੋ ਸਕਦਾ ਸਾਡੀ ਜ਼ਿੰਦਗੀ 'ਚ ਹੋਰ ਵੱਡਾ ਨੂਟ ਪੈਦਾ ਹੋ ਜਾਵੇ। ਤਾਂ ਮੈਂ ਸਮਝਦਾ ਸਾਨੂੰ ਤਾਂ ਗੱਲ ਪਤਾ ਵੀ ਇਸ ਚੀਜ਼ ਦਾ ਪ੍ਰਭਾਵ ਪਏਗਾ, ਤਾਂ ਫਿਰ ਅਸੀਂ ਕਿਉਂ ਨਹੀਂ ਇਸ ਗੱਲ ਨੂੰ ਵੱਡੇ ਤੋਂ ਵੱਡਾ ਰੋਜ਼ ਕਰਦੇ? ਪਰ ਜਿਹੜੇ ਬੰਦੇ ਉੱਥੇ ਬੈਠੇ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੈ। ਉੱਥੇ ਮੈਂ ਬੜਾ ਜ਼ੋਰ ਲਾ ਕੇ ਕਿਹਾ ਵੀ 1000 ਰੁਮਾਲਾ ਹਰ ਰੋਜ਼ ਉੱਥੇ ਚੜ੍ਹਦਾ ਹਰਿਮੰਦਰ ਸਾਹਿਬ 'ਚ। ਮੈਂ ਉਹਨਾਂ ਦੀ ਰਿਪੋਰਟ ਲਈ ਹੈ, ਮੈਂ ਕਿਹਾ ਰੁਮਾਲੇ ਜਾਂਦੇ ਕਿੱਥੇ? ਕਹਿੰਦੇ ਇਹ ਨਾ ਪੁੱਛੋ। ਮੈਂ ਕਿਹਾ ਜੇ ਨਹੀਂ ਦੱਸਦੇ ਤਦ ਵੀ ਮੈਨੂੰ ਪਤਾ ਲੱਗ ਗਿਆ ਵੀ ਕਿੱਥੇ ਜਾਂਦੇ। ਪਰ ਇਹਨਾਂ 'ਤੇ ਕੋਈ ਯੂਟੀਲਿਟੀ ਹੈ? ਇਹਨਾਂ ਦਾ ਕੋਈ ਫਾਇਦਾ ਹੈ? ਇਹ 1000 ਰੁਪਏ ਦਾ ਰੁਮਾਲਾ ਉਸ ਤੁਸੀਂ 75 ਰੁਪਏ 'ਚ ਨਿਲਾਮ ਕਰ ਦਿੰਦੇ ਹੋ, ਇਹ ਸਵੇਰੇ ਫਿਰ ਪ੍ਰੈਸ ਕਰ ਕਰਾ ਕੇ ਫਿਰ ਮੁੜ ਕੇ ਉਸੇ ਡਿਊਟੀ 'ਤੇ ਆਏ। ਅਸੀਂ ਤਾਂ ਕਿਸੇ ਹੋਰ ਬੰਦੇ 'ਚ ਕੀ ਫਰਕ ਹੋਇਆ, ਅਸੀਂ ਵੀ ਉਹਨਾਂ ਵਹਿਮਾਂ ਭਰਮਾਂ 'ਚ ਹੀ ਪੈ ਗਏ। ਜਿਸ ਰੁਮਾਲੇ ਨੂੰ ਅਸੀਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨਾਲ ਐਂ ਟੱਚ ਵੀ ਸ਼ਾਇਦ ਨਹੀਂ ਕਰਾਉਂਦੇ, ਤਾਂ ਉਹਨਾਂ ਰੱਖ ਕੇ ਉਸੇ ਤਰ੍ਹਾਂ ਹੀ ਵਾਪਸ ਭੇਜ ਦਿੰਦੇ ਹਾਂ। ਸੰਗਤ ਹੀ ਸੋਚ ਲਓ ਇਹਦੇ ਬਾਰੇ ਵੀ, ਇਸ 1000 ਰੁਪਏ ਦਾ ਅਸੀਂ ਨੁਕਸਾਨ ਹੀ ਕਰ ਰਹੇ ਹਾਂ। ਮੈਂ ਉਹਦੇ 'ਚ ਪੂਰਾ ਇੱਕ ਚੈਪਟਰ ਲਿਖਿਆ ਜੀ, ਇਹ ਰੁਮਾਲਿਆਂ ਦੀ ਜਿਹੜੀ ਸੇਵਾ ਅਸੀਂ ਕਰ ਰਹੇ ਹਾਂ, ਇਹ ਸੇਵਾ ਨਹੀਂ ਕਰ ਰਹੇ, ਅਸੀਂ ਇੱਕ ਭਰਮ ਪਾਲ ਰਹੇ ਹਾਂ। ਇਹ
ਬਹੁਤ ਆਏ ਤਾਂ ਤੁਸੀਂ ਅਰਦਾਸ ਕਰਾ ਦਿਓ, ਤੁਸੀਂ ਉੱਥੇ ਪਰਚੀ ਕਟਵਾ ਲਓ, ਤੁਸੀਂ 500 ਰੁਪਏ ਦੀ ਪਰਚੀ ਕਟਵਾ ਲਓ, ਮੈਂ ਰੁਮਾਲਾ ਲਿਆਉਣਾ ਸੀ, ਮੈਂ ਨਹੀਂ ਲਿਆਉਂਦਾ, ਤੁਸੀਂ ਇਸ ਨੂੰ ਐਜੂਕੇਸ਼ਨ ਫੰਡ 'ਚ ਲਾ ਦਿਓ, ਕੋਈ ਅੱਛਾ ਸਕੂਲ ਬਣਾ ਦਿਓ, ਕਿਸੇ ਹੋਰ ਬੱਚੇ ਦੀ ਮਦਦ ਕਰ ਦਿਓ, ਗਰੀਬ ਨੂੰ ਕੱਪੜੇ ਲੈ ਦਿਓ, ਕੁਛ ਕਰ ਦਿਓ, ਇਸ ਤਰ੍ਹਾਂ ਦੇ ਫੰਡ ਬਣਾਏ ਜਾ ਸਕਦੇ ਨੇ। ਪਰ ਜਿਹਦੀ ਯੂਜ਼ਫੁਲਨੈਸ ਹੋਵੇ, ਹਰਿਮੰਦਰ ਸਾਹਿਬ 'ਚ ਕੋਈ ਐਸੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਸਿਰਫ ਰਸਮ ਪੂਰੀ ਕਰਨ ਵਾਲੀ ਹੋਵੇ। ਹਰਿਮੰਦਰ ਸਾਹਿਬ 'ਚ ਇੱਕ ਇੱਕ ਚੰਦੋਆ ਜਿਹੜਾ 2.5 ਲੱਖ ਰੁਪਏ ਦਾ ਲੱਗਿਆ, ਔਰ ਸਿਰਫ ਇੱਕ ਦਿਨ ਲੱਗਦਾ ਅਗਲੇ ਦਿਨ ਉਹਦੀ, ਔਰ ਜੇ ਤੁਸੀਂ ਕਹੋ ਮੈਂ ਚੰਦੋਆ ਲਵਾਉਣਾ, ਦਰਸ਼ਨੀ ਰੁਮਾਲੇ ਬਣਵਾਉਣੇ, ਸੈੱਟ ਪੂਰਾ, ਤੁਹਾਨੂੰ ਕਹਿਣਗੇ 2.5 ਸਾਲ ਬਾਅਦ ਤੁਹਾਡੀ ਵਾਰੀ ਆਏਗੀ। ਅਤੇ ਉਹ ਮੈਂ ਤਾਂ ਨਹੀਂ ਸਮਝਦਾ ਵੀ ਐਡੀ ਕੋਈ ਉਸਦੀ ਲੋੜ ਹੈ। ਗੁਰੂ ਸਾਹਿਬਾਨ ਸਾਡੀ ਭਾਵਨਾ ਜਾਣਦੇ ਨੇ, ਅਤੇ ਕੀ ਪਤਾ ਉਹ 2.5 ਲੱਖ ਰੁਪਇਆ ਅਸੀਂ ਫੀਮ ਵਿੱਚ ਕੀ ਇਕੱਠਾ ਕਰਕੇ ਲਾਇਆ ਹੋਵੇ। ਪਰ ਕਿਉਂ ਨਾ ਜੇ ਉਹ 2.5 ਲੱਖ ਰੁਪਇਆ ਅਸੀਂ ਦੋ ਬੱਚਿਆਂ ਦੀ ਪੜ੍ਹਾਈ 'ਤੇ ਲਾ ਦਈਏ, ਤਾਂ ਉਹ ਸਾਰੀ ਉਮਰ ਉਹਨਾਂ ਦੇ ਅੰਦਰ ਗਰੀਬ ਦਾ ਮੂੰਹ ਗੁਰੂ ਦੀ ਗੋਲੇ ਕਰ। ਅਤੇ ਸਾਨੂੰ ਇਸ ਵਾਸਤੇ ਅਸੀਂ ਫਿਰ ਉਹਦੇ ਥੱਲੇ ਚੈਪਟਰ 'ਚ ਲਿਖਿਆ ਵੀ ਅਕਲੀ ਕੀ ਜੇ ਦਾਨ, ਇਹ ਜਿਹੜਾ ਦਾਨ ਵੀ ਅਸੀਂ ਕਰਦੇ ਹਾਂ ਨਾ, ਇਹ ਅਕਲ ਨਾਲ ਹੀ ਕਰਨਾ ਚਾਹੀਦਾ ਕਿ ਜਿੱਥੇ ਜਾਵੇ ਉੱਥੇ ਉਹ ਵਧੀਆ ਤੋਂ ਵਧੀਆ ਭਲਾ ਕਰ ਸਕੇ, ਅਤੇ ਵਧੀਆ ਤੋਂ ਵਧੀਆ ਉਸਦੀ ਪ੍ਰਾਪਤੀ ਹੋ ਸਕੇ। ਸਿਰਫ ਇੱਕ ਰੀਸ ਨਹੀਂ ਪੂਰੀ ਕਰਨੀ ਕਿ ਫਲਾਣਾ ਵੀ ਰੁਮਾਲਾ ਲੈ ਗਿਆ ਤਾਂ ਮੈਂ ਵੀ ਰੁਮਾਲਾ ਹੀ ਲੈ ਕੇ ਜਾਣਾ। ਔਰ ਉਹ ਅਸੀਂ ਦੇਖਿਆ ਵੀਡੀਓ 'ਤੇ ਕਿ ਟਰਾਲੀ ਭਰ ਕੇ ਰੁਮਾਲਿਆਂ ਦੀ ਲੈ ਕੇ ਇੱਕ ਤਲਾਸ਼ ਛੱਡੀ ਜਾ ਰਹੇ ਨੇ, ਉਹਨਾਂ ਦੀ ਵੇਸਟੇਜ ਹੋ ਰਹੀ ਹੈ, ਇਹ ਅਪਮਾਨਜਨਕ ਵੀ ਹੈ। ਪਰ ਜੇ ਇਹ ਗੱਲਾਂ ਹੋ ਰਹੀਆਂ ਤਾਂ ਸਾਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ, ਜੇ ਉੱਥੇ ਬਾਹਰ ਹੀ ਲਿਖ ਕੇ ਲਾਤਾ ਜਾਵੇ ਇਸ 'ਤੇ ਰੁਮਾਲਿਆਂ ਦੀ ਸੇਵਾ ਦੀ ਲੋੜ ਨਹੀਂ ਹੈਗੀ, ਤੁਸੀਂ ਇਹ ਰੁਮਾਲੇ ਆਪਣੇ ਪਿੰਡ ਦੇ ਗੁਰਦੁਆਰੇ ਚੜਾ ਦਿਓ। ਉੱਥੇ ਵੀ ਇਹੀ ਹਾਲ ਹੈ, ਅਸੀਂ ਬਾਹਰਲੇ ਮੁਲਕ ਵਿੱਚ ਜਾਂਦੇ ਹੋ, ਉਹ ਸਾਨੂੰ ਕਹਿੰਦੇ ਜੇ ਅਲੱਗ ਸਾਹਿਬ ਹੋਰ ਕੁਛ ਨਹੀਂ ਲਿਜਾ ਸਕਦੇ, ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਮੈਂ ਕਿਹਾ ਹਾਂ ਹੈ, ਤੁਸੀਂ 10-15 ਰੁਮਾਲੇ ਇੱਥੋਂ ਲੈ ਜਾਓ, ਸਾਡੇ ਕੋਲ ਬਹੁਤ ਪਏ। ਮੈਂ ਕਿਹਾ ਇਹ ਰੁਮਾਲੇ ਦੀ ਸਮੱਸਿਆ ਉੱਥੇ ਵੀ ਹੈਗੀ। ਸੋ ਇੱਕ ਰਿਵਾਜ਼ ਹੈ, ਕਿਸੇ ਵਕਤ ਸ਼ਾਇਦ ਅਸੀਂ ਬਹੁਤ ਵੱਡੀ ਲੋੜ ਹੋਏਗੀ, ਲੇਕਿਨ ਹੁਣ ਅਸੀਂ ਕਹਿੰਦੇ ਜੇ ਇੱਕ ਸੂਟ ਅਸੀਂ ਸਵਾਇਆ ਤਾਂ ਗੁਰੂ ਵਾਸਤੇ ਸਵਾ ਲਈ, ਉਹਨੂੰ ਇਸ ਭਾਵਨਾ 'ਚ ਲੈਣ ਲੱਗ ਪਏ ਹਾਂ, ਇਹ ਨਹੀਂ ਸ਼ੋਭਨੀਕ। ਗੁਰੂ ਸਾਡਾ ਤਾਂ ਸਮ ਦੇਣ ਵਾਲਾ, ਅਤੇ ਸਾਡੀ ਸ਼ਰਧਾ ਉਹਦੇ ਵਿੱਚ ਸੁੱਚੀ ਹੋਣੀ ਚਾਹੀਦੀ ਹੈ, ਵਿਹਾਰ ਦੀ ਗੱਲ, ਦਿਖਾਵੇ ਦੀ ਗੱਲ ਨਹੀਂ ਹੋਣੀ ਚਾਹੀਦੀ। ਔਰ ਮੈਂ ਸਮਝਦਾ ਹਰਿਮੰਦਰ ਸਾਹਿਬ 'ਤੇ ਸਾਨੂੰ ਇਤਨਾ ਪਾਕ ਸਾਫ ਰੱਖਣਾ ਚਾਹੀਦਾ ਕਿ ਉੱਥੇ ਕੋਈ ਐਸੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਸਾਡੇ ਵਾਸਤੇ ਕੋਈ ਉਂਗਲ ਖੜੀ ਕਰ ਸਕੇ। ਉੱਥੇ ਇਹ ਹੀ ਹੋਵੇ ਵੀ ਹਾਰ ਬਾਰ, ਇਹ ਉਹ ਸਥਾਨ ਜਿੱਥੇ ਸਿਰ ਝੁਕਦਾ ਹੀ ਝੁਕਦਾ, ਔਰ ਉੱਥੇ ਜਾ ਕੇ ਸਿਰ ਨਹੀਂ ਝੁਕਦਾ, ਅੰਦਰ ਨੂਰੋਂ ਨੂਰ ਹੋ ਜਾਂਦਾ। ਸੋ ਇਹ ਭਾਵਨਾ ਸਾਡੀ ਹੁਣ ਉੱਥੇ ਸੋਨਾ ਜਿਹੜਾ 400 ਸਾਲ ਵਾਸਤੇ ਕਹਿੰਦੇ ਜੀ ਇਤਨਾ ਵਧੀਆ ਸੋਨਾ ਲੱਗਿਆ ਵੀ 400 ਸਾਲ ਖਰਾਬ ਨਹੀਂ ਹੁੰਦਾ, ਲੇਕਿਨ ਹਾਲੇ ਉਹਦੀ ਸੇਵਾ ਪੂਰੀ ਨਹੀਂ ਸੀ ਹੋਈ ਤਾਂ ਕੱਲ੍ਹ ਆਉਣਾ ਸ਼ੁਰੂ ਹੋ ਗਿਆ। ਮੈਂ ਉੱਥੇ ਜਾ ਕੇ ਬਰਮਿੰਘਮ ਨੂੰ ਪੁੱਛਿਆ ਭਾਈ ਮਹਿੰਦਰ ਸਿੰਘ ਹੋਰਾਂ ਕੋਲੋਂ, ਤੁਸੀਂ ਕਹਿੰਦੇ 400 ਸਾਲ ਚੱਲੇਗਾ, ਤਾਂ ਉਹ ਤਾਂ ਤੁਹਾਡੇ ਦਰਵਾਜ਼ਿਆਂ ਉੱਤੇ ਹੁਣ ਵੀ ਕੱਲ੍ਹ ਹੋ ਗਿਆ। ਕਬੂਤਰ ਜਿੱਥੇ ਬੈਠਦੇ ਨੇ ਉਹ ਉਹਨਾਂ ਦੀ ਛਿਲਤਰਾਂ ਬਣਦੀਆਂ ਉਂਗਲਾਂ ਨਾਲ, ਉੱਥੇ ਲੀਕਾਂ ਪੈ ਜਾਂਦੀਆਂ, ਉੱਥੇ ਮਿੱਟੀ ਜੰਮ ਜਾਂਦੀ ਹੈ, ਉਹਨਾਂ ਦੇ ਰੰਗ ਕਾਲੇ ਹੋ ਜਾਂਦੇ, ਫਿਰ ਉਹਦੇ ਡਰੋਪਿੰਗਸ ਜਿੱਥੇ ਡਿੱਗਦੀਆਂ ਉਹ ਉਹਦੀ ਕੈਮੀਕਲ ਟੈਸਟ ਕਰਕੇ ਦੇਖ ਲਓ, ਉਹ ਸੋਨੇ ਨੂੰ ਨੁਕਸਾਨ ਪਹੁੰਚਾਉਂਦੀਆਂ। ਸਾਨੂੰ ਕੋਈ ਐਸਾ ਯਤਨ ਕਰਨਾ ਚਾਹੀਦਾ ਕਿ ਕਬੂਤਰ ਨਾ ਬੈਠ ਸਕਣ। ਤੁਸੀਂ ਰਿਸਰਚ ਕਰੋ ਇਹਦੇ ਬਾਰੇ, ਉਹ ਜਿੱਥੇ ਜਿਹੜੀ ਜਗ੍ਹਾ ਸਿੱਧੀ ਆ ਉਹਨੂੰ ਥੋੜ੍ਹਾ ਜਿਹਾ ਐਂ ਕਰ ਦਿਓ, ਉਹਦਾ ਸ਼ੀਸ਼ਾ ਲਾ ਦਿਓ, ਕਬੂਤਰ ਕੋਸ਼ਿਸ਼ ਕਰੇਗਾ ਬੈਠਣ ਦੀ, ਕਿ ਨਹੀਂ ਬੈਠ ਸਕੇਗਾ ਵਿਚਾਰਾ। ਔਰ ਉਹਦੇ ਵਾਸਤੇ ਬਦਲਵੀਂ ਥਾਂ ਬਣਾ ਦਿਓ, ਜਿੱਥੇ 800 ਤੀਰਥ ਹੈ ਉੱਥੇ ਦਾਣੇ ਹੋਰ ਇਤਨੇ ਜ਼ਿਆਦਾ ਪਾ ਦਿਓ ਕਿ ਕਬੂਤਰ ਜਾਣ ਹੀ ਉੱਥੇ, ਉੱਥੇ ਉਹਨਾਂ ਨੂੰ ਕੁਛ ਛੇੜ ਨਾ ਸਕੇ, ਕੁਛ ਨਾ ਕਰ ਸਕੇ, ਤਾਂ ਉਹ ਆਪਣੇ ਆਪ ਉੱਥੇ ਚਲ ਜਾਣਗੇ ਅਤੇ ਹਰਿਮੰਦਰ ਨੂੰ ਸੇਫ ਕਰ ਦੇਣਗੇ। ਹੁਣ ਉੱਥੋਂ ਹਰ ਮਹੀਨੇ 'ਚ 15-20 ਬੰਦਿਆਂ ਦਾ ਜੱਥਾ ਨਿਸ਼ਕਾਮ ਸੇਵਕ ਵਾਲੇ ਉੱਥੋਂ ਭੇਜਦੇ ਬਰਮਿੰਘਮ ਤੋਂ, ਜਿਹੜੇ ਆਪਣੇ ਖਰਚੇ 'ਤੇ ਆਉਂਦੇ ਨੇ, ਔਰ ਹਰਿਮੰਦਰ ਸਾਹਿਬ ਨੂੰ ਰੀਠੀਆਂ ਨਾਲ ਧੋ ਕੇ ਉਹਦਾ ਸੋਨਾ ਜਿਹੜਾ ਉਸਨੂੰ ਠੀਕ ਰੱਖਣ ਦੀ ਸੇਵਾ ਕਰ ਰਹੇ, ਕਿਉਂਕਿ ਲਗਵਾਇਆ ਉਹਨਾਂ ਦੀ ਸੰਗਤ ਨਾਲ ਹੈ। ਪਰ ਇਹ ਤਾਂ ਚਲੋ ਖਰਾਬੀ ਹੋਈ ਤਾਂ ਉਸਨੂੰ ਧੋਤਾ, ਕੋਈ ਐਸਾ ਵੀ ਤਾਂ ਤਰੀਕਾ ਹੋਣਾ ਚਾਹੀਦਾ ਕਿ ਉਹ ਇਹ ਖਰਾਬੀ ਹੋਵੇ ਘੱਟ ਤੋਂ ਘੱਟ ਜਾਂ ਹੋਵੇ ਹੀ ਨਾ। ਹੁਣ ਉਹਦੇ ਬੜੀ ਸੌਖੀ ਗੱਲ ਹੈ, ਜਿੱਥੇ ਕੜਾ ਪ੍ਰਸ਼ਾਦ ਬਣਦਾ ਤਕਰੀਬਨ 100 ਟੀਨ ਮੇਰੇ ਖਿਆਲ ਦੇਸੀ ਘਿਓ ਦਾ ਰੋਜ਼ ਲੱਗਦਾ ਹੈ ਕੜਾ ਪ੍ਰਸ਼ਾਦ ਵਾਸਤੇ, ਔਰ ਉਹ ਜਿੱਥੇ ਬਣਦਾ ਉਸਦੇ ਜਿਹੜਾ ਧੂੰਆਂ ਨਾ ਫਿਊਮਸ ਜਿਹੜੇ ਉਹ ਸਿੱਧੇ ਆਣ ਕੇ ਹਰਿਮੰਦਰ ਸਾਹਿਬ ਦੇ ਪੈਂਦੇ। ਹੁਣ ਉਹ ਤੇਲ ਹੈ ਕਿ ਚਿਕਨਾਈ ਵਾਲੀ ਚੀਜ਼ ਹੈ, ਸ਼ਹਿਰ ਦੀ ਮਿੱਟੀ ਵੀ ਹੈ, ਗਰਦ ਗੁਬਾਰ ਵੀ ਹੈ, ਹਲਵਾਈਆਂ ਦੁਕਾਨਾਂ ਵੀ, ਧੂੰਆਂ ਵੀ ਹੈ,
ਉਹ ਸਾਰਾ ਉਹਦੇ ਨਾਲ ਜੁੜਨ ਨਾਲ ਸੋਨੇ ਵਿਚਾਰੇ ਦੀ ਕੀ ਰਹਿ ਜਾਂਦਾ, ਹਫ਼ਤੇ ਬਾਅਦ ਪਿੱਤਲ ਬਣ ਜਾਣਾ। ਅਤੇ ਇਹ ਵੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਵੀ ਉੱਥੋਂ ਪਰੇ ਕਰ ਦਿਓ, ਉਸ ਹਵਾ ਨੂੰ ਦੇਖ ਲਓ ਕਿਹੜੀ। ਹੁਣ ਇਹ ਗੱਲਾਂ ਸੀ ਜਦੋਂ ਕਿਤਾਬਾਂ 'ਚ ਲਿਖਦੇ ਹਾਂ ਫਿਰ ਪੜ੍ਹਦੇ ਨੂੰ ਫਿਰ ਉਹਨਾਂ ਨੂੰ ਅਸਰ ਆਉਂਦਾ। ਹੁਣ ਉਹਨਾਂ ਨੇ ਇੱਕ ਮਸ਼ੀਨ ਲਾਈ ਹੈ ਉੱਥੇ ਜਿਹੜੀ ਟੈਸਟ ਕਰਦੀ ਹਵਾ ਕਿੱਧਰੋਂ ਆ ਰਹੀ ਹੈ, ਉਹਦੀ ਕਿਤਨੀ ਧੂੜਤਪ ਹੈ, ਉਹ ਜੇ ਹਰਿਮੰਦਰ ਨੂੰ ਟੱਚ ਕਰੇਗੀ ਤਾਂ ਕੀ ਅਸਰ ਪੈਦਾ ਹੋਏਗਾ, ਤਾਂ ਉਹ ਅਵਾਇਡ ਕਿਵੇਂ ਹੋ ਸਕਦੀ ਹੈ। ਮੈਂ ਕਹਿੰਦਾ ਇਤਨੀ ਗੱਲ ਤੁਸੀਂ ਕਰ ਲਈ ਤਾਂ ਬਹੁਤ ਚੰਗੀ ਗੱਲ। ਉਹਨਾਂ ਨੇ ਆਣ ਕੇ ਧੋਣਾ ਸ਼ੁਰੂ ਕਰਤਾ। ਹੁਣ ਉਹਨਾਂ ਦਾ ਇਹ ਖਿਆਲ ਹੈ ਕਿ ਜਦ ਤੱਕ ਕੋਈ ਹੋਰ ਪੱਕਾ ਅਰੇਂਜਮੈਂਟ ਨਹੀਂ ਹੋ ਸਕਦਾ, ਘੱਟੋ ਘੱਟ ਇਹ ਅਰੇਂਜਮੈਂਟ ਵੀ ਚੱਲਦਾ ਰਹੇ ਤਾਂ ਸੋਨੇ ਦੀ ਚਮਕ ਦਮਕ ਜਿਹੜੀ ਹੈ ਹੋਰ ਅੱਗੇ ਖਰਾਬ ਨਹੀਂ ਹੋਏਗੀ। ਸੋ ਮੈਂ ਸਮਝਦਾ ਹਰ ਸਿੱਖ ਦਾ ਖੁੱਲ੍ਹੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਵੀ ਫਰਜ਼ ਬਣਦਾ ਕਿ ਉਹ ਜਾਵੇ ਤਾਂ ਠੀਕ ਹੈ, ਜੋ ਚੰਗੀ ਗੱਲ ਹੈ। ਹੁਣ ਕਿਸੇ ਬੰਦੇ ਨੇ ਉੱਥੇ 7-7 ਲੱਖ ਰੁਪਏ ਦੀ ਇੱਕ ਘੜੀ ਦਿੱਤੀ ਹੈ। ਇੱਕ ਬੀਬੀ ਆ ਉੱਥੇ ਕੋਈ ਨਾ ਕੋਈ ਨਵੀਂ ਚੀਜ਼ ਖੰਡਾ ਲੈ ਗਈ ਹੈ, ਨਾਲ ਜਾਲੀਆਂ ਲੱਗੀਆਂ, ਉਹਨੂੰ ਬੜੀ ਖੁਸ਼ੀ ਹੁੰਦੀ ਹੈ ਲਵਾ ਕੇ, ਹਰ ਬੰਦੇ ਦੀ ਇੱਛਾ। ਇਸ ਵਕਤ ਜਿਹੜੇ ਅੱਗੇ ਉਹ ਸ਼ਿੰਗਾਰ ਦੀਆਂ ਸਿਰ ਵਗੈਰਾ ਜਾਂ 26 ਉਹ 56 ਹੈਗੇ 56 ਜਿਹੜਾ ਸਭ ਤੋਂ ਵਿਚਕਾਰ ਲਿਆ 2 ਕਿਲੋ ਦਾ, ਉਹਦੇ ਨਾਲ 1.5 ਕਿਲੋ ਦੇ ਫਿਰ ਅੱਗੇ ਛੋਟੇ ਛੋਟੇ ਹੁੰਦੇ ਜਾਂਦੇ। ਲੋਕਾਂ ਦੀ ਸ਼ਰਧਾ ਤਾਂ ਪਤਾ ਲੱਗਦੀ ਹੈ ਨਾ ਬਈ ਜਿਸ ਬੰਦੇ ਨੇ 2 ਕਿਲੋ ਦਾ ਇਹ ਲਗਵਾਇਆ ਉਹਦੇ ਅੰਦਰ ਤਾਂਘ ਸੀ। ਹੁਣ ਐਸੇ ਬੰਦੇ ਵੀ ਹਨ ਜਿਹੜੇ ਕਹਿੰਦਾ ਮੈਂ 1 ਸਾਲ ਦਾ ਲੰਗਰ ਇਕੱਲਾ ਕਰਨਾ ਚਾਹੁੰਦਾ, ਪਰ ਅਸੀਂ ਉਸਦਾ ਇਤਰਾਜ਼ ਕੀਤਾ ਬਈ ਗੁਰੂ ਅਮਰਦਾਸ ਜੀ ਨੇ ਉਸਨੂੰ ਕਹਿਤਾ ਸੀ ਅਕਬਰ ਨੂੰ ਇਹ ਤੇਰੀ ਦੌਲਤ ਨਾਲ ਨਹੀਂ ਲੰਗਰ ਚੱਲੇਗਾ, ਇਹ ਤਾਂ ਸੰਗਤ ਦੀ ਮਿਹਰਬਾਨੀ ਨਾਲ ਚੱਲੇਗਾ। ਤਾਂ ਹੁਣ ਤੁਸੀਂ ਇੱਥੋਂ ਨਵੇਂ ਅਕਬਰ ਕੋਲੋਂ ਜੇ ਪੈਸੇ ਲੈ ਲਓਗੇ ਤਾਂ ਫਿਰ ਉਹ ਭਾਵਨਾ ਨਹੀਂ ਹੈ, ਲੰਗਰ ਲੰਗਰ ਹੈ ਤਾਂ ਸੰਗਤ ਦਾ ਲੰਗਰ ਹੈ, ਸੰਗਤ ਨੇ ਛੱਡਣਾ, ਸੰਗਤ ਦੀ ਤਿਆਰ ਕਰੇ। ਉਹਨਾਂ ਨੂੰ ਗੱਲ ਸਮਝ ਆ ਗਈ ਵੀ ਗੱਲ ਠੀਕ ਹੈ, ਲੰਗਰ ਤਾਂ ਸੰਗਤ ਦਾ ਹੀ ਹੋਣਾ ਚਾਹੀਦਾ। ਸੋ ਸਾਨੂੰ ਹਰ ਉਹ ਗੱਲ ਸੋਚਣੀ ਚਾਹੀਦੀ ਹੈ ਕਿ ਇਹ ਰੱਬ ਦਾ ਘਰ ਹੈ, ਸੱਚਖੰਡ ਹੈ। ਔਰ ਕਮਾਲ ਦੀ ਗੱਲ ਹੈ ਕਿ ਰੱਬ ਦਾ ਘਰ ਹੈ, ਉੱਥੇ ਬਾਹਰ ਕੁੰਡਾ ਹੀ ਹੈ ਨਹੀਂ। ਹਰਿਮੰਦਰ ਸਾਹਿਬ ਦੇ ਜਿਹੜੇ ਦਰਵਾਜ਼ੇ ਨੇ ਚਾਰੇ ਪਾਸੇ, ਉਹਨਾਂ ਦੇ ਬਾਹਰ ਕੋਈ ਕੁੰਡਾ ਕਬਜ਼ਾ ਨਹੀਂ ਕਿ ਤੁਸੀਂ ਜਨਰਲ ਮਾਰ ਕੇ ਟੁਰ ਜਾਓ, ਕਿਉਂਕਿ ਰੱਬ ਤਾਂ ਹਰ ਵਕਤ ਉਸ 'ਚ ਰਹਿੰਦਾ। ਉੱਥੇ ਹਰੋਗੇ ਕੀਰਤਨ ਹੋ ਰਿਹਾ, ਉੱਤੇ ਪਾਠ ਹੋ ਰਿਹਾ, ਅਖੰਡ ਪਾਠ ਚੱਲ ਰਹੇ ਨੇ, ਅਤੇ ਰੱਬ ਦਾ ਹਰ ਵਕਤ ਉੱਥੇ ਅੰਦਰ ਹੈ, ਤੁਸੀਂ ਕੁੰਡਾ ਕਿਵੇਂ ਮਾਰ ਕੇ ਆਓਗੇ? ਅੰਦਰੋਂ ਤਾਂ ਕੁੰਡਾ ਲੱਗ ਜਾਂਦਾ, ਬਾਹਰੋਂ ਨਹੀਂ ਲੱਗ ਸਕਦਾ। ਸੋ ਜਿੱਥੇ ਬਾਹਰੋਂ ਕੁੰਡਾ ਹੀ ਨਹੀਂ ਲੱਗ ਸਕਦਾ, ਉਸਨੂੰ ਅਸੀਂ ਇਸ ਤਰ੍ਹਾਂ ਤਾਂ ਬਣਾ ਦਈਏ ਕਿ ਉੱਥੋਂ ਦੁਨੀਆ 'ਚ ਜੋ ਕੁਛ ਜਾਵੇ ਉਹ ਇਤਨਾ ਲਾਜਵਾਬ ਜਾਵੇ ਕਿ ਹਰ ਬੰਦਾ ਕਵੇ ਉਹ ਤਾਂ 24 ਘੰਟੇ ਤਾਂ ਬੜੇ ਥੋੜ੍ਹੇ ਨੇ, ਮੇਰੇ ਵਾਸਤੇ ਤਾਂ ਮੇਰੇ ਗੁਰੂ ਦੇ ਦਰਵਾਜ਼ੇ ਹਰ ਵਕਤ ਹਰ ਵਕਤ ਹਰ ਵਕਤ ਖੁੱਲ੍ਹੇ ਨੇ। ਆਓ ਚਲੀਏ ਗੁਰੂ ਦੇ ਦਰਸ਼ਨ ਕਰਕੇ ਆਈਏ, ਕੁਛ ਸਿੱਖ ਕੇ ਆਈਏ, ਜ਼ਿੰਦਗੀ ਨੂੰ ਸੁੱਚਾ ਕਰਕੇ ਆਈਏ। ਬਹੁਤ ਹੀ ਥੋਰੋ ਸਟੱਡੀ ਜਿਹੜੀ ਹੈ ਹਰਿਮੰਦਰ ਸਾਹਿਬ ਦੀ ਤੁਸੀਂ ਕੀਤੀ ਹੋਈ ਹੈ। ਹਰ ਵਾਰ ਹਰ ਐਡੀਸ਼ਨ 'ਚ ਕੁਛ ਨਵਾਂ, ਹਾਂ ਜੋ ਕੁਛ ਹਰਿਮੰਦਰ ਸਾਹਿਬ 'ਚ ਨਵਾਂ ਹੋ ਰਿਹਾ ਅਸੀਂ ਉਹ ਕੱਲ੍ਹ ਹੀ ਆਪਣੀ ਕਿਤਾਬ 'ਚ ਪਾਉਣ ਦਾ ਪ੍ਰਬੰਧ ਕਰਤਾ। ਉਹਦੇ ਵਿੱਚ ਸਾਨੂੰ ਜੇ ਹੁਣ ਲਗਾਤਾਰ ਪਾਈ ਜਾਈ ਤਾਂ ਕਿਤਾਬ ਦੀ ਤਾਂ ਵਾਲੀਊਮ 1500 ਪੇਜ ਦੀ ਵੀ ਹੋ ਜਾਏਗੀ, ਤਾਂ ਕੌਣ ਪੜ੍ਹੇਗਾ? ਉਹਦੇ 'ਚੋਂ ਅਸੀਂ ਕੁਛ ਕੱਢਣਾ ਅਤੇ ਕੁਛ ਪਾਉਣਾ, ਔਰ ਪਾਉਣਾ ਇਸ ਢੰਗ ਨਾਲ ਹੈ, ਇਸ ਢੰਗ ਨਾਲ ਜੋੜ ਕੇ ਪਾਉਣਾ ਕਿ ਬੰਦਾ ਉਹਦੀ ਰਵਾਨਗੀ 'ਚ ਪਤਾ ਹੀ ਨਾ ਲੱਗ ਸਕੇ ਵੀ ਇਹ ਚੀਜ਼ ਪਹਿਲੇ ਹੈ ਨਹੀਂ ਸੀ, ਅੱਜ ਹੀ ਆਈ ਹੈ। ਪਰ ਉਸ ਵਾਸਤੇ ਸਾਨੂੰ, ਮੈਂ ਦੱਸਦਾ ਜੇ ਫਰਕ 226 ਲਫ਼ਜ਼ ਅਸੀਂ ਕੱਢੇ ਤਾਂ ਅਸੀਂ 226 ਲਫ਼ਜ਼ ਵਿੱਚ ਪਾਉਣੇ, ਤਾਂ ਹੀ ਉਹਦੀ ਸੈਟਿੰਗ ਦੂਜਾ ਪੇਜ ਵੀ ਖਰਾਬ ਨਾ ਹੋਵੇ, ਜਿੱਥੇ ਹੈ ਉੱਥੇ ਉੱਥੇ ਤੱਕ ਹੀ ਰਹੇ। ਲੇਕਿਨ ਉਹ 226 ਲਫ਼ਜ਼ਾਂ ਵਿੱਚ ਉਹ ਸਾਰੀ ਗੱਲ ਪਾਉਣੀ ਹੈ ਜਿਹੜੀ ਨਵੀਂ ਤੁਸੀਂ ਪਾਉਣੀ ਹੈ, ਅਤੇ ਮਿਨੀਮਮ ਕੱਢਣੀ ਹੈ ਵੀ ਪਹਿਲੇ ਦੀ ਸਪਿਰਿਟ ਟੁੱਟੇ ਵੀ ਨਾ। ਇਹ ਇੱਕ ਬਹੁਤ ਗੁਰੂ ਦੀ ਆਪਣੀ ਮਿਹਰਬਾਨੀ ਹੈ ਕਿ ਉਹ ਕਰਵਾ ਰਿਹਾ ਹੈ, ਅਤੇ ਸਾਨੂੰ ਬੜਾ ਚਾਅ ਚੜ੍ਹਦਾ। ਰਾਤ ਦੀ ਇਕਾਗਰਤਾ ਵਿੱਚ ਜਦੋਂ ਮੈਂ ਬੈਠਾ ਹੁੰਦਾ ਤਾਂ ਸਤਿਗੁਰੂ ਆਪ ਸਹਾਈ ਹੋ ਜਾਂਦੇ ਨੇ, ਕਹਿੰਦੇ ਪੁੱਤਰ ਚੱਲੇ ਕੁਲੇ ਦੀ ਸਭ ਭਾਰ ਠੀਕ, ਤੂੰ ਲੱਗਾ ਹੈ ਸੁੱਚੇ ਭਾਵਨਾ ਨਾਲ ਲੱਗਾ, ਲੱਗਾ ਰਹਿ, ਕੁਛ ਨਹੀਂ ਹੁੰਦਾ। ਸੋ ਅਸੀਂ ਤਾਂ ਗੁਰੂ ਦੇ ਧੰਨਵਾਦੀ ਹਾਂ, ਉਹਨੇ ਬੜਾ ਸੁੱਚਾ ਕੰਮ ਸਾਨੂੰ ਦਿੱਤਾ। ਜੇ ਰੋੜੀ ਕੁਟਵਾਉਣ ਲੱਗ ਜਾਂਦਾ ਤਾਂ ਆਪਾਂ ਨਾ ਕਰ ਸਕਦੇ, ਧੋਪੇ ਲੋਕ ਲੁੱਕ ਵੀ ਤਾਂ ਪਾਉਂਦੇ ਤੇ ਨੰਗੇ ਪੈਰੀ ਵੀ ਪਾਉਂਦੇ, ਅਤੇ ਉਹ ਸਾਨੂੰ ਤਾਂ ਉਹਨੇ ਏਸੀ ਲਾ ਕੇ ਦਿੱਤਾ, ਕੂਲਰ ਲਾ ਕੇ ਦਿੱਤਾ, ਪੱਖਾ ਲਾ ਕੇ ਦਿੱਤਾ, ਕਿਤਾਬਾਂ ਅੱਗੇ ਪਈਆਂ, ਸੋਹਣਾ ਮਾਹੌਲ ਹੈ, ਅਤੇ ਜੇ ਉਹਦੇ 'ਚ ਅਸੀਂ ਲਿਖ ਛੱਡਦੇ ਹਾਂ ਤਾਂ ਉਹਦੀ ਮਿਹਰਬਾਨੀ ਹੈ। ਬਹੁਤ ਸੁੱਚਾ ਕੰਮ ਸਾਡੇ ਜ਼ਿੰਮੇ ਆਇਆ, ਅਸੀਂ ਉਸਦੇ ਧੰਨਵਾਦੀ ਹਾਂ, ਤੁਹਾਡੇ ਵੀ ਧੰਨਵਾਦੀ ਹਾਂ। ਇਸ ਪ੍ਰੋਗਰਾਮ ਦਾ ਬਾਕੀ ਹਿੱਸਾ ਵੇਖੋ ਅਗਲੇ ਹਫ਼ਤੇ।